संत की निंदा नानका बहुर बहुर बता हम संतन की रेन प्यारे हम संतन की सरना जी तन की रेण प्यारे हम संतन की सरना जी संतन की रेण प्यारे हम संतन की सरना जी हम संतन की रेण प्यारे हम संतन की सरना जी ਸਤਿ
ਸਤਿਗੁਰ ਨਾਮ ਨਿਧਾਨ ਦਿਰੜਾਇਆ, ਚਿੰਤਾ ਸਗਲ ਬਨਾਸੀ ਕਰ ਕਿਰਪਾ ਆਪਣੋ ਕਰ ਲੀਨਾ, ਮਨ ਵਸਿਆ ਅਬਿਨਾਸੀ ਤਾਂ ਕੋ ਵਿਘਨ ਨ ਕੋ ਲਗ, ਜੋ ਸਤਿਗੁਰ ਆਪਣੈ ਰਾਖੇ ਚਾਰਨ ਕਮਲ ਵਸੇਰ ਦੇ ਅੰਤਰ, ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਮਨ ਕੀ ਇੱਛ ਪੁਜਾਈ ਨਾਨਕ ਦਾਸ ਤਾਂ ਕੈ ਬਲਿਹਾਰ, ਜਿਨ ਪੂਰਨ ਪੈ ਜਿਰ ਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਮਨ ਕੀ ਇੱਛ ਪੁਜਾਈ ਨਾਨਕ ਦਾਸ ਤਾਂ ਕੈ ਬਲਿਹਾਰ, ਜਿਨ ਪੂਰਨ ਪੈ ਜਿਰ ਖਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ ਜਿਸਕੇ ਸਿਰ ਉੱਪਰ ਤੂੰ ਸਵਾਮੀ, ਸੋ ਦੁੱਖ ਕੈਸਾ ਪਾਵੈ ਬੋਲਣਾ ਜਾਣੈ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੈ ਹਮ ਸੰਤਨ ਕੀ ਸਰਨਾ ਜੀ, ਹਮ ਸੰਤਨ ਕੀ ਸਰਨਾ ਜੀ। ਸੰਤਨ ਕੀ ਸਰਨਾ ਜੀ, ਹਮ ਸੰਤਨ ਕੀ ਸਰਨਾ ਜੀ, ਸੰਤਨ ਕੀ ਸਰਨਾ ਜੀ, ਹਮ ਸੰਤਨ ਕੀ ਸਰਨਾ ਜੀ। ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਨਾ ਜੀ, ਹਮ ਸੰਤਨ ਕੀ ਰੇਣ ਪਿਆਰੇ,
ਹਮ ਸੰਤਨ ਕੀ ਸਰਨਾ ਜੀ। ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਨਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਹਮ ਸੰਤਨ ਸਿਉ ਬਣ ਆਈ, ਪੂਰਬ ਲਿਖਿਆ ਭਾਈ, ਜਿੰਦੇ ਸੰਤਾਂ ਨੂੰ ਬਣਾ ਲਾ ਗਹਿਣਾ, ਜੀਵਨ ਦੇ ਉਦਾਰ ਵਾਸਤੇ ਸੰਤਾਂ ਨੂੰ ਬਣਾ ਲਾ ਗਹਿਣਾ, ਜੀਵਨ ਦੇ ਉਦਾਰ ਵਾਸਤੇ ਉਦਾਰ ਵਾਸਤੇ, ਜੀਵਨ ਦੇ ਜੀ ਉਦਾਰ ਵਾਸਤੇ, ਸੰਤਾਂ ਨੂੰ ਬਣਾ ਲਾ ਗਹਿਣਾ, ਸੰਤਾਂ ਨੂੰ ਬਣਾ ਲਾ ਤੂੰ ਗਹਿਣਾ, ਜੀਵਨ ਦੇ ਉਦਾਰ ਵਾਸਤੇ, ਜਿੰਦੇ ਸੰਤਾਂ ਨੂੰ ਬਣਾ ਲਾ ਗਹਿਣਾ, ਜੀਵਨ ਦੇ ਉਦਾਰ ਵਾਸਤੇ
ਜਲ ਤਾਰਨ ਹਰੇ ਸੰਤ ਸਹਾਈ ਜੀਵਾਂ ਦੇ ਭਵ ਜਲ ਤਾਰਨ ਹਰੇ ਸੰਤ ਸਹਾਈ ਜੀਵਾਂ ਦੇ ਸਹਾਈ ਜੀਵਾਂ ਦੇ ਸੰਤ ਨੇ ਜੀ ਸਹਾਈ ਜੀਵਾਂ ਦੇ ਸੰਤ ਸਹਾਈ ਜੀਵਾਂ ਦੇ ਭਵ ਜਲ ਤਾਰਨ ਹਰੇ ਸੰਤ ਸਹਾਈ ਜੀਵਾਂ ਦੇ ਸਹਾਈ ਜੀ ਕੇ ਭਵ ਜਲ ਤਾਰਨ ਹਾਰ ਸਭ ਤੇ ਉੱਚੇ ਜਾਣੀਐ ਨਾਨਕ ਨਾਮ ਪਿਆਰ ਮੇਰੇ ਜੀ ਰਾਮ ਰਾਏ ਮੇਰੇ ਜੀ ਰਾਮ ਰਾਏ Thank you.
ਸੰਤਾਂ ਕਾ ਸੰਤ ਤੇਰੇ ਮੇਰੇ ਰਾਮ ਰਾਏ, ਤੂੰ ਸੰਤਾਂ ਦਾ ਸੰਤ ਤੇਰੇ ਮੇਰੇ ਰਾਮ ਰਾਏ। ਸੰਤ ਤੇਰੇ ਮੇਰੇ ਰਾਮ ਰਾਏ, ਤੂੰ ਸੰਤਾਂ ਦਾ ਸੰਤ ਤੇਰੇ ਮੇਰੇ ਰਾਮ ਰਾਏ। ਤੂੰ ਸਾਂਭੀ ਸੋ ਦੁੱਖ ਪਾਵੈ, ਬੋਲਣ ਜਾਣੈ ਮੈਂ ਮਦ ਮਾਤਾ ਚੀਤ ਨਾ ਆਏ ਮੇਰੇ ਰਾਮ ਰਾਏ। ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕਾ ਪਾ ਕਿਸ ਜਮ ਨਹੀਂ ਆਵੈ ਨੇੜੇ।
ਉਹ ਪੇਖ ਤਾਰੀਆਂ ਲੀਲ ਜੈ ਰੱਖੀਏ ਜਿਵੇਂ ਮੇਰੀ ਤਾਰੀਆਂ ਦੀ ਲਜਾ ਰੱਖੀ ਉਵੇਂ ਜਿਵੇਂ ਮੇਰੀ ਰੱਖੀ ਤਾਰੀਆਂ ਤਾਰੀਆਂ ਦੀ ਲਜਾ ਮੈਂ ਜਿਵੇਂ ਮੇਰੀ ਰਾਖੀ ਲੈ ਜਿਵੇਂ ਪੇਖ ਤਾਰੀਆਂ ਦੀ ਰਾਖੀ ਉਵੇਂ ਜਿਵੇਂ ਮੇਰੀ ਰਾਖੀ ਲੈ ਕੇ ਕਾਰਨ ਇੱਕ ਪਿਆ ਭੇਖ ਤਾਰੀ ਕਮਰਥੀ ਸਵਾਰਥੀ ਵਾਕੀ ਪੈਜ ਸਵਾਰੀ ਕਮਰਥੀ
ਤਵ ਗੁਣ ਕਹਾ ਜਗਤ ਗੁਰਾ ਜੋ ਕਰਮ ਨਾਨਾਸੈ ਸਿੰਘ ਸਰਨ ਕਤ ਜਾਈਐ ਜੋ ਜੰਬਕ ਗ੍ਰਾਸੈ ਜਲ ਕਾਰਨ ਚਾਤਰਕ ਦੁੱਖ ਪਾਵੇ ਇਹ ਪ੍ਰਾਣ ਕੇ ਸਾਗਰ ਮਿਲੈ ਸੁਨ ਕਾਨ ਆਵੇ ਉਹ ਪ੍ਰਾਣ ਜੋ ਥਾਕੇ ਫਿਰ ਨਹੀਂ ਕੈਸੇ ਦੇਰ ਮਾਵੋ ਮੂਏ ਨੌਕਾ ਮਿਲੈ ਕੋ ਕਾਹੇ ਤਣਾਵੋ ਮੈਂ ਨਹੀਂ ਕੁਛ ਹਾਂ ਨਹੀਂ ਕਿਛ ਆਹੇ ਨਾ ਮੋਰਾ ਅਸਰ ਲੱਜਾ ਰੱਖ ਲਿਓ ਸਦਨਾ ਜਲ ਤੋਰਾ ਮੈਂ ਸਦਨਾ ਤੋਰਾ ਅਸਰ ਮੇਰੀ ਰੱਖੋ ਲੱਜਿਆ ਬਿਨਾ ਜਨ ਤੇਰਾ ਅਸਰ ਮੇਰੀ ਰੱਖੋ ਲੱਜਿਆ ਮੇਰੀ ਰੱਖੋ ਲੱਜਿਆ ਮੈਂ ਸਦਨਾ ਜਨ ਮੇਰੀ ਰੱਖੋ ਲੱਜਿਆ ਉਥਰ ਮੇਰੀ ਓ ਰੱਖੋ ਲੱਜਿਆ ਮੇਰੀ
ਉਹ ਅਸਰ ਮੇਰੇ ਰੱਖੋ ਲਤੇ ਅਸਰ ਮੇਰੇ ਰੱਖੋ ਲਤੇ ਅਸਰ ਮੇਰੀ ਰੱਖੋ ਲੱਜੇ ਨਾਦਨੰਤਰਾ ਅਸਰ ਮੇਰੀ ਰੱਖੋ ਲੱਜੇ ਕੁਛ ਨਹੀਂ ਕੁਛ ਆਹੇ ਨਾ ਮੋਰਾ ਅਸਰ ਲੱਜਾ ਰੱਖ ਲਿਓ ਸਦਨਾ ਜਨ ਤੋਰਾ ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਖਿਆਲ ਬਾਹਰ ਜਾਣ ਤੋਂ ਰੋਕੀਏ ਚਿੱਤ ਵਿਰਤੀਆਂ ਨੂੰ ਕਰੀਏ ਇਕਾਗਰ ਰਸਨਾ ਦੀ ਪਵਿੱਤਰਤਾ ਦੇ ਵਾਸਤੇ ਸਾਰੇ ਹੀ ਉਚਾਰਨ ਕਰੋ ਜੀ ਸਤਨਾਮ ਸ੍ਰੀ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੈ ਇਹ ਦੁਆਬਾ ਇਹ ਇਲਾਕਾ ਜਿਨ੍ਹਾਂ ਦੇ ਉੱਤੇ ਸਤਪੁਰਸ਼ਾਂ ਦੀ ਰਹਿਮਤ ਹੋਈ ਉਹਨਾਂ ਨੇ ਇੱਥੇ ਇਹ ਬਾਬਾ ਗੁਰਪਾਲ ਸਿੰਘ ਜੀ ਦੀ ਡਿਊਟੀ ਲਾਈ ਕਿ ਸਤਸੰਗ ਦਾ ਪ੍ਰਵਾਹ ਚਲਾਓ ਹਰ ਮਹੀਨੇ ਇੱਥੇ ਸਤਸੰਗ ਰੱਖਿਆ ਗਿਆ ਹੈ ਹੁਣ ਤੁਸੀਂ ਉਸ ਪਰੰਪਰਾ ਨੂੰ ਉਸ ਨੇਮ ਨੂੰ ਨਿਭਾਉਣ ਵਾਸਤੇ ਚੱਲ ਕੇ ਆਏ ਹੋ ਭਾਗਾਂ ਵਾਲੇ ਹੋ ਜਿਹੜੇ ਇੱਥੇ ਅੱਜ ਸਤਸੰਗ ਦੇ ਵਿੱਚ ਜੁੜ ਰਹੇ ਹੋ ਭਾਈ ਗੁਰਿੰਦਰ ਸਿੰਘ ਜੀ ਬੜੇ ਪਿਆਰ ਵਾਲੇ ਜਿਨ੍ਹਾਂ ਨੇ ਇਹ ਜਗ੍ਹਾ ਇਹ ਘਰ ਗ੍ਰਹਿ ਸਤਸੰਗ ਵਾਸਤੇ ਦਿੱਤਾ ਇੱਥੇ ਮਹੀਨੇਵਾਰ ਜੋ ਇਸ ਦੁਆਬੇ ਦੀ ਸੰਗਤ ਵੱਲੋਂ ਸਤਸੰਗ ਰੱਖੇ ਜਾਂਦੇ ਹਨ ਉਹ ਅੱਜ ਉਸ ਦੇ ਵਿੱਚ ਆਪਾਂ ਹਾਜ਼ਰੀ ਭਰ ਰਹੇ ਹਾਂ ਸਤਸੰਗ ਦੀ ਨਿਸ਼ਾਨੀ ਕੀ ਹੈ ਸਤਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ ਸਤਸੰਗ ਉਸ ਨੂੰ ਕਿਹਾ ਹੈ ਜਿਹੜਾ ਅਤਰੰਗ ਸਾਧਨ ਹੋਵੇ ਅਤਰੰਗ ਸਾਧਨ ਕੀ ਹੈ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ
ਕਿ ਜਿਹੜਾ ਅੰਤਰੰਗ ਸਾਧਨ ਕਰਕੇ ਜਿਹੜਾ ਨਾਮ ਅੰਦਰ ਹੈ ਉਹ ਮਿੱਠਾ ਲੱਗੇ, ਨਹੀਂ ਤਾਂ ਸਾਨੂੰ ਕੀ ਲੱਗਦਾ, ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਸਾਕਤ ਕੀ ਵਿਦ ਨੈਨੋ ਡਿੱਠੀ। ਆ ਜੋ ਸਤਸੰਗ ਹੈ, ਭਾਗਾਂ ਵਾਲੇ ਹਨ ਜੋ ਇਹ ਸਤਸੰਗ ਦੇ ਵਿੱਚ ਆਉਂਦੇ ਨੇ ਅਤੇ ਨਾਮ 'ਚ ਰੰਗੇ ਜਾਂਦੇ ਨੇ, ਨਾਮ ਰੰਗੀਆਂ ਰੂਹਾਂ ਦਾ ਦੀਦਾਰ ਹੁੰਦਾ ਹੈ। ਸ਼ਬਦ ਪੜ੍ਹਿਆ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਇਹ ਭਗਤ ਸਧਨਾ ਜੀ ਦਾ ਇਹ ਸ਼ਬਦ ਹੈ, ਭਾਵੇਂ ਕੋਈ ਵੀ ਹੈ, ਇਹ ਗੁਰਬਾਣੀ ਹੈ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਕਿਤੋਂ ਵੀ ਪੜ੍ਹ ਲਓ, ਵਿਚਾਰ ਲਓ, ਇਹ ਅਤਰੰਗ ਸਾਧਨ ਦੱਸਦੀ ਹੈ, ਨਾਮ ਨਾਲ ਜੁੜਨ ਦਾ ਰਸਤਾ ਦਰਸਾਉਂਦੀ ਹੈ। ਅਤੇ ਕਿਉਂਕਿ ਇਹ ਬਾਣੀ ਜੋ ਜੀਉ ਜਾਣੇ ਤਿਸ ਅੰਤਰ ਰਵੇ ਹਰਨਾਮਾ, ਨਾਮ ਨਾਲ ਜੋੜਦੀ ਹੈ, ਨਾਮ ਸਾਡੇ ਸਾਰਿਆਂ ਦੇ ਅੰਦਰ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ, ਇਸ ਦੇਹੀ 'ਚ ਇਹ ਨਾਮ ਦਾ ਵਿਸਰਾਮ ਹੈ, ਪਰ ਉਸ ਨਾਮ ਤੱਕ ਪਹੁੰਚਣ ਵਾਸਤੇ ਸਾਧਨ ਕਰਨੇ ਪੈਂਦੇ ਨੇ। ਕਿਉਂਕਿ ਜਿਹੜਾ ਅਸੀਂ ਸ਼ਬਦ ਪੜ੍ਹਿਆ ਹੈ ਇਹਦੇ ਵਿੱਚ ਸਾਧਨਾ ਜੀ ਜੋ ਕਿ ਇੱਕ ਕਸਾਈ ਦਾ ਉਹਨਾਂ ਦਾ ਪਿਤਾ ਪੁਰਖੀ ਕੀਤਾ ਸੀ, ਪਰ ਪੂਰਬਲਾ ਕਰਮ ਪ੍ਰਗਟ ਹੋ ਗਿਆ ਕਿ ਇਹ ਜਿਹੜਾ ਕਰਮ ਹੈ ਜੀ ਦਿਆ ਨਹੀਂ ਪਾਲੀ, ਇਸ ਦੇ ਨਾਲ ਦਿਆ ਬਿਨ ਸਿੱਧ ਕਸਾਈ, ਦਿਆ ਤੋਂ ਬਗੈਰ, ਕਿਉਂਕਿ ਜੇ ਦਿਆ ਨਹੀਂ ਆਈ ਧੌਲ ਧਰਮ ਦਿਆ ਕਾਪੂਤ, ਜਿਹੜਾ ਦਿਆ ਤੋਂ ਬਗੈਰ ਹੈ ਉਹ ਸਿੱਧ ਵੀ ਹੋਵੇ ਉਹ ਕਸਾਈ ਹੈ। ਅਤੇ ਅੱਜ ਕਿਰਪਾ ਹੋਈ ਹੈ, ਪੂਰਵਲੇ ਕਰਮ ਜਾਗੇ ਇੱਕ ਮੰਡਲੀ ਆ ਰਹੀ ਹੈ ਸਾਧੂਆਂ ਦੀ, ਸ਼ਬਦ ਪੜ੍ਹ ਰਹੇ ਹਨ, ਸਿਮਰਨ ਭਜਨ ਦਿਆ ਨਹੀਂ ਕੀਨੀ, ਉਹ ਦਿਆ ਦੇ ਹੀ ਸ਼ਬਦ ਪੜ੍ਹ ਰਹੇ ਨੇ ਕਿ ਜੇ ਇਹ ਨਹੀਂ ਕੀਤੀ ਤਾਂ ਫਿਰ ਤਾਂ ਚੋਟਾਂ ਖਾਵੇਂਗਾ, ਫਿਰ ਪਛਤਾਵੇਂਗਾ। ਅਤੇ ਹੁਣ ਉਹ ਬਾਣ ਸੀ ਅਮੋਘ ਬਾਣ, ਕਿਉਂਕਿ ਕਮਾਈ ਹੋਇਆ ਜਿਹੜਾ ਕਮਾਈ ਕਰਦਾ ਹੈ ਉਸ ਦੇ ਮੁੱਖ ਤੋਂ ਇੱਕ ਵੀ ਬਚਨ ਨਿਕਲਿਆ ਉਹੀ ਜੀਵਨ ਬਦਲ ਦਿੰਦਾ ਹੈ। ਕਿਉਂਕਿ ਜੀਵਨ ਜੇ ਆਪਣਾ ਹੋਵੇ ਤਾਂ ਹੀ ਦੂਸਰੇ ਦਾ ਜੀਵਨ ਬਦਲਦਾ ਹੈ, ਜੇ ਦੀਵਾ ਜਗਿਆ ਹੈ ਤਾਂ ਹੀ ਜਗਿਆ ਹੋਇਆ ਦੀਵਾ ਦੂਜੇ ਨੂੰ ਜਗਾਵੇਗਾ, ਜੇ ਸੁੱਤਾ ਹੈ ਉਹ ਸੁੱਤੇ ਨੂੰ ਕੀ ਜਗਾਵੇਗਾ। ਅਤੇ ਇਸ ਤਰ੍ਹਾਂ ਦੇ ਨਾਲ ਜਾਗੇ ਹੋਏ ਮਹਾਂਪੁਰਸ਼ਾਂ ਦਾ ਮਿਲਾਪ ਹੋਇਆ। ਸੁੱਤੇ ਜਦੋਂ ਜੀ ਪਾਗ ਜਾਗਦੇ, ਸੁੱਤੇ ਹੋਏ ਜੀ ਜਦੋਂ ਪਾਗ ਜਾਗਦੇ, ਪਾਗ ਜਾਗਦੇ, ਸੁੱਤੇ ਹੋਏ ਜੀ ਪਾਗ ਜਾਗਦੇ।
ਜਾਗਦੇ ਹੋਏ ਜੀਤ ਤੋਂ ਪਾਗ ਜਾਗਦੇ ਸੁੱਤੇ ਹੋਏ ਜੀਤ ਤੋਂ ਪਾਗ ਜਾਗਦੇ ਮੇਲਾ ਪੂਰਿਆਂ ਸੰਤਾਂ ਦਾ ਹੋਵੇ ਮੇਲਾ ਪੂਰਿਆਂ ਸੰਤਾਂ ਦਾ ਹੋਵੇ ਮੇਲਾ ਅੰਧੇਰ ਮਿਲਤ ਹਰ ਨਾਨਕ ਹੁਣ ਕਿਰਪਾ ਹੋਈ ਅੱਜ ਪੂਰਵਲਾ ਕਰਮ ਜਾਗਿਆ ਜਾਗੇ ਹੋਏ ਮਹਾਂਪੁਰਸ਼ਾਂ ਦਾ ਮਿਲਾਪ ਹੋਇਆ ਸੋਚਿਆ ਕਿ ਮਨਾ ਮੈਂ ਤਾਂ ਇਹ ਬਹੁਤ ਬੁਰਾ ਕਰਮ ਕਰਦਾ ਹਾਂ ਇਹਦਾ ਲੇਖਾ ਦੇਣਾ ਪੈਣਾ ਹੈ ਹੁਣ ਇਹ ਨਹੀਂ ਕੀਤਾ ਫਿਰ ਤਾਂ ਪਛਤਾਵਾ ਰਹਿ ਜਾਣਾ ਹੈ ਸਿਰ 'ਤੇ ਮਾਸ ਦੀ ਟੋਕਰੀ ਚੁੱਕੀ ਹੋਈ ਅਮੋਘ ਬਾਣ ਵੱਜਿਆ ਅਤੇ ਡਿੱਗ ਗਿਆ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਪੋਏ ਗਿਰ ਪਰਿਆ ਪਰਿਆ ਕਰੇ ਜੇ ਛੇਕ ਉਸੇ ਸਮੇਂ ਐਸਾ ਸੁੱਧ ਬੁੱਧ ਭੁੱਲ ਗਈ
ਮਹਾਂਪੁਰਸ਼ ਆਏ, ਪਿਆਰ ਨਾਲ ਉਠਾਇਆ, ਉਹ ਗੁਰੂ ਮੰਤਰ ਦੇ ਦਿੱਤਾ ਕਿ ਉੱਠ ਰਾਮ ਕੇ ਰਾਮ ਨਾਮ ਨਾਲ ਜੁੜ ਅਤੇ ਤੂੰ ਸੁਰਤ ਸੰਭਾਲ। ਐਸੀ ਬਖਸ਼ਿਸ਼ ਹੋ ਗਈ ਕਿ ਉਸ ਦਿਨ ਤੋਂ ਹੀ ਇਹ ਨਿਖਿਧ ਕਰਮ ਛੱਡ ਕੇ ਉਹ ਗੁਰੂ ਮੰਤਰ ਦਾ ਅਭਿਆਸ ਕੀਤਾ ਅਤੇ ਉਹ ਸਾਧੂ ਦੇ ਧਿਆਨ 'ਚ ਨਾਮ ਜਪਿਆ ਅਤੇ ਅੱਜ ਤੀਰਥ ਯਾਤਰਾ ਕਰਨ ਦਾ ਮਨ ਬਣਿਆ। ਜਗਨਨਾਥਪੁਰੀ ਨੂੰ ਚੱਲ ਪੈਂਦੇ ਨੇ। ਹੁਣ ਤੀਰਥ ਜਾਵਣ ਨਹਾਵਣ ਜਾਓ, ਤੀਰਥ ਨਾਮ ਹੈ, ਅੰਦਰਲਾ ਤੀਰਥ ਜਿਹੜਾ ਹੈ ਉਹ ਨਾਮ ਤੀਰਥ ਹੈ। ਇੱਕ ਜੜ ਤੀਰਥ ਹੁੰਦੇ ਨੇ, ਉਹ ਬਾਹਰ ਹਨ, ਉਹਨਾਂ ਦੇ ਉੱਤੇ ਜਾਣਾ ਪੈਂਦਾ ਹੈ, ਤੀਰਥਾਂ 'ਤੇ ਜਾ ਕੇ ਨਾਮ ਜਪ ਕੇ ਤੀਰਥ ਇਸ਼ਨਾਨ ਕਰਕੇ ਸ਼ੁੱਧੀਕਰਨ ਹੁੰਦਾ ਹੈ। ਤੀਰਥਾਂ 'ਤੇ ਸਾਧੂਆਂ ਦਾ ਮਿਲਾਪ ਹੋ ਜਾਂਦਾ ਹੈ, ਕਿਉਂਕਿ ਉਹ ਵੀ ਜਾਂਦੇ ਨੇ ਤੀਰਥ ਕਿੱਥੇ, ਜਿੱਥੇ ਸਾਧੂ ਦੀ ਧੂੜੀ ਨੂੰ ਲੋਚਦੇ ਨੇ, ਕਿਉਂਕਿ ਉਹ ਤੀਰਥਾਂ ਦੇ ਵਿੱਚ ਸਾਰੇ ਹੀ ਜਾਂਦੇ ਨੇ। ਜਿਤਨੇ ਤੀਰਥ ਦੇਵੀ ਥਾਪੇ ਸਭ ਤਿਤਨੇ ਲੋਚੇ ਧੂੜ ਸਾਧੂ ਕੀ ਤਾਈ। ਕਿਉਂ ਲੋਚਦੇ ਨੇ? ਕਿਉਂਕਿ ਉਹਨਾਂ ਦੇ ਵਿੱਚ ਮੈਲ ਭਰੀ ਹੋਈ ਹੈ। ਜਿਹੜੇ ਪਾਪੀ ਲੋਕ ਜਾਂਦੇ ਹਨ ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਪੌ ਲੱਥੀ ਨਾਤਿਆਂ ਦੋਏ ਪਾ ਚੜ੍ਹੀ ਅਸਹੋਰ, ਬਾਹਰੋਂ ਧੋਤੀ ਤੂੰਬੜੀ ਅੰਦਰ ਵਿਸਨ ਕੋਰ, ਸਾਧ ਭਲੇ ਅਣ ਨਾਤਿਆਂ ਚੋਰ ਸੇ ਚੋਰਾ ਚੋਰ। ਜਿਤਨੇ ਦੇਰ ਤੀਰਥ ਨੇ ਇਹ ਲੋਚਦੇ ਨੇ ਧੂੜੀ ਨੂੰ, ਗੰਗਾ ਜਮਨਾ ਗੋਦਾਵਰੀ ਸ੍ਰਿਸ਼ਟੀ ਤੇ ਉੱਦਮ ਕਰੇ ਧੂੜ ਸਾਧੂ ਕੀ ਤਾਈ। ਕਿਲਵਿਖ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂੜ ਗਵਾਈ। ਅਤੇ ਹੁਣ ਜਾ ਰਹੇ ਹਨ ਅਤੇ ਇਸ ਰਸਤਾ ਤਾਂ ਜਿਹੜਾ ਹੈ ਸੰਤ ਕਾ ਮਾਰਗ। ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ, ਭਾਗਾਂ ਵਾਲਾ ਇਸ ਰਸਤੇ ਦੇ ਉੱਤੇ ਚੱਲਦਾ ਹੈ। ਮਿਸਲ ਫਕੀਰਾਂ ਗਾਖੜੀ ਬੜੀ ਔਖੀ ਹੈ, ਇਸ ਕਰਕੇ ਇਸ ਮੰਜ਼ਿਲ ਦੇ ਉੱਤੇ ਰਸਤੇ ਦੇ ਵਿੱਚ ਕਿੰਨੀਆਂ ਔਕੜਾਂ ਆਉਂਦੀਆਂ ਹਨ। ਅੱਜ ਰਾਤ ਪੈ ਗਈ, ਉਹਨਾਂ ਸਮਿਆਂ 'ਚ ਤੀਰਥ ਯਾਤਰਾ ਪੈਦਲ ਕੀਤੀ ਜਾਂਦੀ। ਆਪ ਜੀ ਇੱਕ ਜਗ੍ਹਾ ਬੜਾ ਸੋਹਣਾ ਤ੍ਰਿਵੈਣੀ ਲੱਗੀ ਹੋਈ ਹੈ, ਉਹ ਪਿੱਪਲ ਬਰੋਟਾ ਨਿੰਮ ਦੇ ਦਰਖਤਾਂ ਥੱਲੇ ਥੜਾ ਬਣਿਆ ਹੋਇਆ ਹੈ। ਦਿਨ ਦਾ ਛਪਾਏ ਅਤੇ ਸੰਧਿਆ ਦਾ ਨਿਤਨੇਮ ਉੱਥੇ ਬੈਠ ਕੇ ਕਰਦੇ ਨੇ ਅਤੇ ਆਸਣ ਲਾਉਂਦੇ ਨੇ ਕਿ ਚਲੋ ਇੱਥੇ ਹੀ ਅੱਜ ਰਾਤ ਕੱਟ ਲਵਾਂਗੇ। ਅਤੇ ਹੁਣ ਹੋਇਆ ਕਿ ਕੋਈ ਕਰਮ ਐਸਾ ਕਿ ਕਰਮ ਦਾ ਪ੍ਰਤੀਕਰਮ ਹੈ। ਕਰਮ ਜਿਹੜੇ ਨੇ ਤਿੰਨ ਕਰਮ ਹਨ, ਸੰਚਿਤ ਕਰਮ, ਪਰਾਲਬਧ ਕਰਮ ਅਤੇ ਇੱਕ ਕਿਰਿਆਮਾਨ ਕਰਮ ਹੈ। ਕਿਰਿਆਮਾਨ ਕਰਮ ਤਾਂ ਆਹ ਹੈ ਜਿਹੜਾ ਆਪਾਂ ਕਰ ਰਹੇ ਹਾਂ। ਸੰਚਿਤ ਕਰਮ ਉਹ ਹੈ ਜਿਸ ਦੀ ਬਦੌਲਤ ਸਾਨੂੰ ਸਤਿਗੁਰਾਂ ਦੀ ਸਾਧੂਆਂ ਦੀ ਸੰਗਤ ਮਿਲਦੀ ਹੈ, ਪੂਰਵਲਾ ਕੋਈ ਸ਼ੁਭ ਕਰਮ ਜਾਗਦਾ ਹੈ। ਜਿਹੜਾ ਪਰਾਲਬਧ ਹੈ, ਪਰਾਲਬਧ ਜੋ ਸਾਡਾ ਲਿਖਾਇਆ ਹੋਇਆ ਹੈ ਉਹ ਮਿਲਣਾ ਹੀ ਮਿਲਣਾ ਹੈ। ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ,
ਐਸੀ ਇਹ ਗਤੀ ਚੱਲਦੀ ਹੈ, ਇਹ ਬਲਵਾਨ ਹੈ ਕਿ ਈਸ਼ਵਰ ਕੋਟੀ ਦੇ ਮਹਾਂਪੁਰਸ਼ਾਂ ਨੂੰ ਵੀ ਇਹ ਕਰਮ ਪਰਾਲਬਦ ਦਾ ਆਪਣੇ ਸਰੀਰ 'ਤੇ ਭੁਗਤਾਉਣਾ ਪੈਂਦਾ। ਹੋਇਆ ਕਿ ਰਾਤ ਹੈ, ਰਾਤ ਨੂੰ ਆਪ ਜੀ ਤਾਂ ਨਾਮ ਨਾਲ ਜੁੜ ਕੇ ਬੈਠੇ ਹਨ, ਪਰ ਇੱਕ ਸਾਹਮਣੇ ਨਵਾਂ ਵਿਆਹ ਕੇ ਆਈ ਬੀਬਾ, ਉਸ ਨੂੰ ਨੀਂਦ ਨਹੀਂ ਆਉਂਦੀ। ਉਹਦਾ ਧਿਆਨ ਇਹਨਾਂ 'ਤੇ ਜਾਂਦਾ ਹੈ, ਕਿਉਂਕਿ ਜੇ ਰੂਪ 'ਤੇ ਧਿਆਨ ਜਾਂਦਾ, ਰੂਪੇ ਕਾਮੇ ਦੋਸਤੀ ਲੱਭ, ਜਿਹੜੀ ਇਹ ਤਿੰਨ ਹਨ ਕਾਰਨ ਕਿ ਰੂਪ ਦਾ ਨਾਲ, ਰੂਪ ਦੇ ਨਾਲ ਕਾਮ ਜਾਗਦਾ ਹੈ। ਰੂਪੇ ਕਾਮੇ ਦੋਸਤੀ ਭੁੱਖ ਹੈ ਸਾਧ ਹੈ ਗੰਢ, ਲੱਭੇ ਮਲ ਹੈ ਘੁਲ ਮਿਲ ਮੀਚਲ, ਉਂਘੇ ਸੌੜ ਪਲੰਘ। ਅਤੇ ਇਸ ਤਰ੍ਹਾਂ ਦੇ ਨਾਲ ਇਹ ਕਾਰਨ ਬਣ ਜਾਂਦਾ ਹੈ, ਅਤੇ ਉਹ ਇਸ ਤੇ ਇਸ ਤਰ੍ਹਾਂ ਦੇ ਨਾਲ ਉਸਦਾ ਮਨ ਚਲਾਏਮਾਨ ਹੋਇਆ, ਅਤੇ ਉਹ ਆ ਕੇ ਹੋਰ ਤਰ੍ਹਾਂ ਦੇ ਹਾਵ ਭਾਵ ਕਰਦੀ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਨਾਲ ਮੈਨੂੰ ਨਾਲ ਲੈ ਚਲੋ। ਉਸ ਨੂੰ ਡਰ ਸੀ ਕਿ ਸ਼ਾਇਦ ਇਹ ਹਾਂ ਨਹੀਂ ਕਰਦੇ, ਕਿਉਂਕਿ ਪਤੀ ਦਾ ਡਰ ਹੈ। ਉਸਨੇ ਕੀ ਸੋਚਿਆ, ਉਸੇ ਰਾਤ ਟਿਕੀ ਹੋਈ ਰਾਤ 'ਚ ਆਪਣੇ ਪਤੀ ਦਾ ਸਿਰ ਕੱਟ ਕੇ ਇਹਨਾਂ ਦੇ ਸਾਧਨਾ ਜੀ ਦੇ ਅੱਗੇ ਰੱਖ ਦਿੱਤਾ ਕਿ ਚਲੋ ਹੁਣ ਤਾਂ ਕੋਈ ਰੁਕਾਵਟ ਨਹੀਂ, ਗਹਿਣੇ ਗੱਟੇ ਵੀ, ਪਰ ਇੱਧਰ ਇਹ ਤਾਂ ਨਾਮ ਨਾਲ ਜੁੜੇ ਨੇ, ਇਹਨਾਂ ਦੇ ਉੱਤੇ ਵਾਸ਼ਨਾਵਾਂ ਦੇ ਉੱਤੇ ਕਾਬੂ ਪਾਇਆ ਹੋਇਆ ਹੈ। ਮਨੋ ਨਾਸ਼ ਵਾਸ਼ਨਾ ਖੈ ਤਤ ਗਿਆਨ, ਉਹ ਸਾਧੂ ਦੇ ਸਰੂਪ ਦੇ ਧਿਆਨ 'ਚ ਇਹ ਵਾਸ਼ਨਾਵਾਂ ਆਪੇ ਹੀ ਸ਼ਾਂਤ ਹੋ ਜਾਂਦੀਆਂ ਨੇ, ਕਿਉਂਕਿ ਆਵੇ ਸਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ। ਪਰ ਜੇ ਧਿਆਨ ਦੂਸਰੇ ਪਾਸੇ ਜਾਂਦਾ ਹੈ, ਉਸ ਦੇ ਨਾਲ ਇਹ ਵਾਸ਼ਨਾਵਾਂ ਜਾਗਦੀਆਂ ਨੇ। ਅਤੇ ਜਿਹੜੇ ਇਸ ਤਰ੍ਹਾਂ ਇਹ ਰਾਤਾਂ ਇਹਨਾਂ ਵਿਸ਼ੇ ਵਿਕਾਰਾਂ 'ਚ ਲੰਘਦੀਆਂ ਹਨ, ਪਾਤਸ਼ਾਹ ਜੀ ਉਸ ਬਾਰੇ ਐਸਾ ਫਰਮਾਨ ਕਰਦੇ ਨੇ ਕਿ ਲੈ ਫਾਹੇ ਰਾਤੀ ਤੁਰੇ ਪ੍ਰਭ ਜਾਣੇ ਪ੍ਰਾਣੀ, ਤੱਕੇ ਨਾਰ ਪਰਾਈਆਂ ਲੁਕ ਅੰਦਰ ਠਾਣੀ, ਸੰਨੀ ਦੇਣ ਬਖੰਮ ਥਾਏ ਮਿੱਠਾ ਮਦਮਾਣੀ, ਕਰਮੀ ਆਪੋ ਆਪਣੀ ਆਪੇ ਪਛਤਾਣੀ, ਅਜ਼ਰਾ ਹੀਲ ਫਰੇਸ਼ਤਾ ਤਿਲ ਪੀੜੇ ਕਹਾਣੀ। ਇਸ ਤਰ੍ਹਾਂ ਦੇ ਨਾਲ ਜਿਹੜਾ ਇਹ ਵਿਸ਼ੇ ਵਿਕਾਰ ਹੈ, ਇਹ ਸਾਧੂ ਹੀ ਇਸ ਤੋਂ ਤੋੜ ਕੇ ਨਾਮ ਨਾਲ ਜੋੜਦਾ ਹੈ, ਨਹੀਂ ਤਾਂ ਇਨਸਾਨ ਵਿਸ਼ੇ ਵਿਕਾਰਾਂ ਧੰਦੇ ਧੰਦਾਰਾਂ 'ਚ ਹੀ ਸਾਰਾ ਸਮਾਂ ਲੰਘਾ ਦਿੰਦਾ। ਰਹਿਣ ਗਵਾਈ ਸੋਏ ਕੈ ਦਿਸ ਗਵਾਇਆ ਖਾਏ, ਹੀਰੇ ਜੈਸਾ ਜਨਮੈ ਕੌਡੀ ਬਦਲੇ ਜਾਏ। ਇਹ ਮਹਾਂਪੁਰਸ਼ਾਂ 'ਚ ਐਸੀ ਤਾਕਤ ਹੁੰਦੀ ਹੈ। ਵਿਸ਼ਿਆਂ ਨਾਲ ਤੋੜ ਕੇ ਨਾਮ ਨਾਲ ਜੋੜਨ ਸਾਧੂ, ਵਿਸ਼ਿਆਂ ਨਾਲ ਤੋੜ ਕੇ ਨਾਲ ਜੋੜਨ ਸਾਧੂ। ਤੋੜ ਕੇ ਨਾਮ ਨਾਲ ਜੁੜਨ ਸਾਧੂ।
ਵਿਸ਼ਿਆਂ ਨਾਲ ਤੋੜ ਕੇ ਨਾਲ ਜੋੜਨ ਸਾਧੂ ਸਾਹਿਬ ਜਿੱਤ ਤੇਰਿਆਂ ਭਗਤਾਂ ਡਿੱਠਿਆਂ ਸ਼ਾਂਤ ਆਤਮਾ ਜੋ ਸ਼ਾਂਤੀ ਪੀਸ ਆਫ ਮਾਇੰਡ ਨਾਮ ਦੇ ਵਿੱਚ ਹੈ ਇਹ ਵਿਸ਼ਿਆਂ ਵਿਕਾਰਾਂ ਦੇ ਵਿੱਚ ਤਾਂ ਅਸ਼ਾਂਤੀ ਹੈ ਅਤੇ ਹੁਣ ਇਹ ਤਾਂ ਧਿਆਨ 'ਚ ਬੈਠੇ ਹਨ ਸਾਧਨਾ ਜੀ ਨਾਮ 'ਚ ਸਥਿਤ ਹੋਏ ਬੈਠੇ ਹਨ ਅਤੇ ਇਹ ਬੀਬਾ ਕਾਮ ਦੇ ਅਧੀਨ ਵਿਸ਼ਿਆਂ ਦੇ ਅਧੀਨ ਇਸ ਤਰ੍ਹਾਂ ਦਾ ਹੁਣ ਕੁਕਰਮ ਕਰ ਦਿੱਤਾ ਅਤੇ ਇੱਧਰ ਇਹ ਤਾਂ ਹੁਣ ਬੜਾ ਐਸਾ ਸਮਾਂ ਬਣ ਗਿਆ ਹੁਣ ਰਾਤ ਹੈ ਪਰਦੇਸ਼ ਹੈ ਅਤੇ ਜਦੋਂ ਇਸ ਨੇ ਕਿਹਾ ਕਿ ਨਹੀਂ ਇਸ ਤਰ੍ਹਾਂ ਹੋਣਾ ਤਾਂ ਫਿਰ ਮੈਂ ਤੁਹਾਨੂੰ ਇਸ ਦੇ ਵਿੱਚ ਫਸਾ ਦੇਣਾ ਹੋਇਆ ਵੀ ਉਸੇ ਤਰ੍ਹਾਂ ਰੌਲਾ ਪਾ ਦਿੱਤਾ ਗਿਆ ਦਿਨ ਚੜ੍ਹਦੇ ਹੀ ਸਧਨਾ ਜੀਆਂ ਨੂੰ ਫੜ ਲਿਆ ਜਾਂਦਾ ਹੈ ਉਹਨਾਂ ਸਮਿਆਂ 'ਚ ਰਾਜਿਆਂ ਦਾ ਰਾਜ ਹੁੰਦਾ ਅਤੇ ਜਦੋਂ ਪੇਸ਼ ਕੀਤਾ ਗਿਆ ਕੋਈ ਗਵਾਹ ਨਹੀਂ ਅਤੇ ਇੱਧਰ ਇਸ ਤਰ੍ਹਾਂ ਦਾ ਜਦੋਂ ਇਹ ਸਬੂਤ ਕੋਈ ਐਸਾ ਗਵਾਹ ਨਹੀਂ ਤਾਂ ਹੁਣ ਸਬੂਤ ਆਪੇ ਹੀ ਹੋ ਗਏ ਆ ਅਤੇ ਇਹ ਦੋਸ਼ੀ ਠਹਿਰਾਏ ਗਏ ਉਹਨਾਂ ਸਮਿਆਂ ਦੀਆਂ ਸਜਾਵਾਂ ਹੱਥ ਕੱਟ ਦਿੱਤੇ ਜਾਂਦੇ ਨੀਹਾਂ 'ਚ ਚਿਣ ਦਿੱਤੇ ਜਾਂਦੇ ਉਸ ਕਿਲੇ ਦੀ ਕੰਧ ਨਹੀਂ ਸੀ ਬਣਦੀ ਅਤੇ ਕਿਸੇ ਜੋਤਸ਼ੀ ਨੇ ਵੀ ਰਾਜੇ ਨੂੰ ਕਿਹਾ ਕਿ ਇੱਥੇ ਬਲੀ ਦਿੱਤੀ ਜਾਵੇ ਧਰਤੀ ਸਖਤ ਹੈ
ਫਿਰ ਇਹ ਕੰਧ ਤਿਆਰ ਹੋਏਗੀ। ਹੁਣ ਉਸ ਕੰਧ ਦੇ ਵਿੱਚ ਸਾਧਨਾ ਜੀ ਨੂੰ ਚਿਣਨ ਦੀ ਤਿਆਰੀ ਕੀਤੀ ਜਾਂਦੀ ਹੈ ਅਤੇ ਫਤਵਾ ਲੱਗ ਗਿਆ। ਉਸ ਸਮੇਂ ਆਪ ਜੀ ਨੇ ਫਿਰ ਇਹ ਸ਼ਬਦ ਉਚਾਰਨ ਕੀਤਾ ਕਿ ਨਿਰਪ ਕੰਨਿਆ ਕੇ ਕਾਰਨ ਇੱਕ ਪਿਆ ਭੀਖ ਤਾਰੀ, ਕਿ ਇੱਕ ਐਸਾ ਭੀਖ ਤਾਰੀ, ਇੱਕ ਰਾਜੇ ਦੀ ਸਹਿਜਾਦੀ ਸੀ, ਉਸ ਨੇ ਪਰਣ ਕਰ ਲਿਆ ਕਿ ਜੇ ਮੈਂ ਸ਼ਾਦੀ ਕਰਵਾਉਣੀ ਹੈ, ਵਿਸ਼ਨੂੰ ਭਗਵਾਨ ਜੀ ਨਾਲ ਕਰਵਾਉਣੀ ਹੈ। ਅਤੇ ਇੱਕ ਭੀਖੀ ਨੇ ਕੀ ਕੀਤਾ, ਉੱਡਣ ਕਠੋਲਾ ਬਣਾ ਕੇ ਲੱਕੜ ਦਾ, ਉਹਨਾਂ ਦਿਨਾਂ 'ਚ ਕਲਾ ਬੜੀ ਸੀ, ਅਤੇ ਰਾਜੇ ਦੇ ਰਾਜ ਮਹਿਲਾਂ ਦੇ ਉੱਤੇ ਵਿਸ਼ਨੂੰ ਭਗਵਾਨ ਦਾ ਰੂਪ ਬਣਾ ਕੇ ਉਤਰਦਾ ਹੈ। ਸਹਿਜਾਦੀ ਸ਼ਰਧਾ ਅਨਨ ਹੈ, ਅੰਨੀ ਸ਼ਰਧਾ ਹੈ, ਚਰਨਾਂ 'ਤੇ ਨਮਸਕਾਰ ਕਰਦੀ ਹੈ, ਕਹਿੰਦੇ ਅੱਜ ਤਾਂ ਮੈਂ ਇਸ ਰੂਪ 'ਚ ਆਇਆ ਪ੍ਰਸ਼ਾਦੀ ਕਰਾਕਣ ਵਾਸਤੇ, ਮੈਂ ਇਹ ਬੰਦੇ ਦਾ ਆਦਮੀ ਦਾ ਰੂਪ ਬਣਾ ਕੇ ਕੱਲ੍ਹ ਨੂੰ ਆਵਾਂਗਾ। ਸੋ ਇਸ ਤਰ੍ਹਾਂ ਦੇ ਨਾਲ ਇਹ ਹੋਇਆ, ਉਸ ਭੀਖ ਧਾਰੀ ਨੇ ਇਸ ਦੀ ਅਨੰਤ ਸ਼ਰਧਾ ਦੇ ਉੱਤੇ, ਅੰਨੀ ਸ਼ਰਧਾ ਦੇ ਉੱਤੇ ਭੀਖ ਧਾਰਨ ਕਰਕੇ ਨਿਰਪ ਕੰਨਿਆ ਕੇ ਕਾਰਨ ਹੈ, ਕੰਨਿਆ ਦੇ ਵਾਸਤੇ ਇਹ ਕਾਰਨ ਬਣਾ ਦਿੱਤਾ ਕਿ ਉਹ ਭਗਵਾਨ ਦਾ ਰੂਪ ਬਣਾ ਕੇ ਸ਼ਾਦੀ ਕਰਵਾ ਲਈ। ਅਤੇ ਦੂਸਰੇ ਰਾਜੇ ਨੂੰ ਪਤਾ ਲੱਗ ਗਿਆ, ਇਹਨੇ ਫੌਜਾਂ ਹਟਾ ਦਿੱਤੀਆਂ ਕਿ ਹੁਣ ਮੇਰਾ ਦਾਮਾਦ ਹੀ ਜਦੋਂ ਭਗਵਾਨ ਹੈ, ਫੌਜਾਂ ਦੀ ਕੀ ਲੋੜ ਹੈ। ਤਾਂ ਦੂਸਰਾ ਰਾਜਾ ਫੌਜਾਂ ਚੜ੍ਹਾ ਕੇ ਲਿਆਉਂਦਾ ਅਤੇ ਇੱਧਰ ਇਹ ਸੁਸਾਈਡ ਆਤਮ ਹੱਤਿਆ ਕਰਨ ਲੱਗਦਾ ਜਿਹੜਾ ਨਕਲੀ ਭਗਵਾਨ। ਉਸ ਸਮੇਂ ਅਸਲੀ ਪ੍ਰਗਟ ਹੋਇਆ, ਕਹਿੰਦੇ ਉਹ ਤੇਰੀ ਲਾਜ ਨਹੀਂ ਜਾਣੀ, ਕਿਹਦੀ ਜਾਣੀ ਹੈ, ਇਹ ਤਾਂ ਨਾਥ ਦੀ, ਜਿਹੜਾ ਨਾਥ ਅਨਾਥਾਂ ਬਾਣ ਧੁਰਾਂ ਦੀ, ਉਹਦੀ ਲਾਜ ਨੂੰ, ਨਾਮ ਦੇ ਨੂੰ ਲਾਜ ਲੱਗਣੀ ਹੈ। ਕਿਸੇ ਨੇ ਤਾਂ ਕਹਿਣਾ ਨਹੀਂ ਕਿ ਇਹ ਸੁਨਿਆਰਾ, ਇਹ ਤਰਖਾਣ ਜਿਹੜਾ ਬਣੇ ਆਪਸੀ ਇਹਨਾਂ ਦੀ ਸਾਂਝ ਦੇ ਨਾਲ ਭਗਵਾਨ ਬਣਿਆ ਕਿ ਉਹ ਮਰਿਆ। ਇਹ ਤਾਂ ਇਹ ਕਹਿਣਗੇ ਕਿ ਭਗਵਾਨ ਮਰ ਗਿਆ ਐਸਾ। ਉਸ ਸਮੇਂ ਭਗਵਾਨ ਪ੍ਰਗਟ ਹੋਇਆ ਅਤੇ ਕੀ ਹੋਇਆ ਕਿ ਜਿਹੜਾ ਰਾਜਾ ਚੜ੍ਹ ਕੇ ਆ ਰਿਹਾ ਸੀ, ਉਹਦਾ ਸੈਨਾਪਤੀ ਚੜ੍ਹਾਈ ਕਰ ਜਾਂਦਾ, ਫੌਜਾਂ ਵਾਪਸ ਮੁੜ ਜਾਂਦੀਆਂ ਹਨ। ਅਤੇ ਇੱਧਰ ਕਹਿੰਦੇ ਤੂੰ ਉਹਦੀ ਰਾਖੀ ਕੀਤੀ ਭੀਖ ਧਾਰੀ ਦੀ, ਨਿਰਪ ਕੰਨਿਆ ਕੇ ਕਾਰਨ ਇੱਕ ਪਿਆ ਭੀਖ ਧਾਰੀ, ਕਾਮਰਥੀ ਸਵਾਰਥੀ ਵਾਕੀ ਪੈਜ ਸਵਾਰੀ। ਹੁਣ ਆਵਾਜ਼ ਆਉਂਦੀ ਹੈ ਆਕਾਸ਼ਵਾਣੀ, ਉਸ ਸਮੇਂ ਕਹਿੰਦੇ ਉਹ ਸਦਨਿਆ ਤੂੰ ਧੀਰਜ ਰੱਖ, ਕਿਉਂਕਿ ਸੰਤਾਂ ਨੂੰ, ਸਾਧੂਆਂ ਨੂੰ ਐਸਾ ਧੀਰ ਜਿਵੇਂ ਰੁੱਖਾਂ ਦਾ ਹੁੰਦਾ ਹੈ ਜਿਗਰਾ, ਐਸਾ ਰੱਖਣਾ ਪੈਂਦਾ ਹੈ। ਰੁੱਖਾਂ ਵਰਗਾ ਜੇਰਾ ਪਿਆਰੇ ਲੋੜੀ ਦਾਦਰ ਸਾਨੂੰ, ਰੁੱਖਾਂ ਵਰਗਾ ਜੇਰਾ ਪਿਆਰੇ ਲੋੜੀ ਦਾਦਰ ਸਾਨੂੰ, ਰੇ ਲੋੜੀ ਦਾਦਰ ਸਾਨੂੰ, ਰੁੱਖਾਂ
ਵਰ ਗਾਜਰਾ ਰੇ ਲੋੜੀ ਸਾਦਰ ਸਾਨੂੰ ਦਰਵੇਸਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾਂਦ। ਉਹ ਜਿਵੇਂ ਜਿਗਰਾ ਰੁੱਖ ਦਾ ਹੈ, ਰੁੱਖ ਨੂੰ ਕੋਈ ਵੱਢਦਾ ਹੈ ਫਿਰ ਵੀ ਉਹਨੂੰ ਬੇੜੀ ਬਣ ਕੇ ਤਾਰਦਾ ਹੈ। ਚੰਦਨ ਦਾ ਰੁੱਖ ਹੈ, ਉਹਨੂੰ ਜੇ ਕੁਹਾੜਾ ਵੱਢਦਾ ਕੁਹਾੜੇ 'ਚ ਵੀ ਸੁਗੰਧੀ ਭਰ ਦਿੰਦਾ ਹੈ। ਰੁੱਖ ਨੂੰ ਕੋਈ ਪੱਥਰ ਮਾਰਦਾ ਹੈ ਉਸਨੂੰ ਵੀ ਫਲ ਦਿੰਦਾ ਹੈ। ਇੱਕ ਰੁੱਖ ਸੌ ਸੁੱਖ ਰੁੱਖਾਂ ਵਰਗਾ ਦਰਵੇਸ਼ ਦਾ ਜਿਗਰਾ ਹੋਣਾ ਚਾਹੀਦਾ ਹੈ। ਇਹ ਨਹੀਂ ਕਿ ਬੁਰੇ ਨੇ ਉਹਦੇ ਨਾਲ ਵੀ ਬੁਰਾ ਕਰੇ। ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਾਨਾ ਹੰਢਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ। ਹੁਣ ਜੇ ਤੇਰੇ ਨਾਲ ਇਸ ਤਰ੍ਹਾਂ ਹੋਇਆ, ਇਹ ਤਾਂ ਨਹੀਂ ਕਿ ਤੂੰ ਉਹਦਾ ਜਵਾਬ ਵੀ ਉਸੇ ਤਰ੍ਹਾਂ ਦੇ ਨਾਲ ਦੇ। ਫਰੀਦ ਕਹਿ ਰਹੇ ਨੇ ਫਕੀਰ ਦੇ ਵਿੱਚ ਅਤੇ ਦੁਨੀਆਦਾਰ 'ਚ ਕੀ ਅੰਤਰ ਹੋਇਆ। ਜੇ ਉਹ ਵੀ ਇਸ ਤਰ੍ਹਾਂ ਕਰੇ ਤਾਂ ਫਿਰ ਕਿਸ ਸਹਾਰੇ ਧਰਤੀ ਖੜ੍ਹੇ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਨਾਲ ਜੁੜਿਆ ਹੋਇਆ। ਉਹ ਤਾਂ ਬੁਰੇ ਦਾ ਵੀ ਭਲਾ ਲੋਚਦਾ, ਉਹਦੇ ਤਾਂ ਅਰਦਾਸ ਹੁੰਦੀ ਤੇਰੇ ਭਾਣੇ ਸਰਬੱਤ ਦਾ ਭਲਾ, ਕਿ ਸਾਰਿਆਂ ਦਾ ਭਲਾ ਹੋਵੇ। ਕੀ ਕਰੇ ਫਿਰ
ਫਰੀਦਾ ਜੋ ਤੈਂ ਮਾਰਨ ਮੁੱਕੀਆਂ ਤਿਨਾਂ ਨਾ ਮਾਰੇ ਘੁੰਮ ਘੁੰਮ ਰੋਂਦਾ ਗੋਲਾ ਹੁੰਦਾ। ਕਹਿੰਦੇ ਇੰਨਾ ਕੁ ਵੀ ਉਹਦੇ ਨਾ ਮਾਰੋ ਨੂੰ ਠੇਸ ਨਾ ਪਹੁੰਚੇ, ਉਹ ਕੀ ਕਰ ਫੇਰ ਤੂੰ? ਕਹਿੰਦੇ ਆਹ ਕੰਮ ਕਰ, ਪੈਰ ਤਿਨਾਂ ਦੇ ਚੁੰਮ ਫਰੀਦਾ ਜੋ ਤੈਂ ਮਾਰਨ ਮੁੱਕੀਆਂ, ਪੈਰ ਤਿਨਾਂ ਦੇ ਚੁੰਮ ਫਰੀਦਾ ਜੋ ਤੈਂ ਮਾਰਨ ਮੁੱਕੀਆਂ, ਪੈਰ ਤਿਨਾਂ ਦੇ ਫਰੀਦਾ ਜੋ ਤੈਂ ਮਾਰਨ, ਉਹ ਪੈਰ ਤਿਨਾਂ ਦੇ ਜੋ ਤੈਂ ਮਾਰਨ ਮੁੱਕੀਆਂ, ਪੈਰ ਤਿਨਾਂ ਦੇ ਚੁੰਮ ਫਰੀਦਾ ਜੋ ਤੈਂ ਮਾਰਨ ਮੁੱਕੀਆਂ, ਉਹ ਪੈਰ ਤਿਨਾਂ ਦੇ ਫਰੀਦਾ ਮੁੱਕੀਆਂ, ਫਰੀਦਾ ਜੋ ਤੈਂ ਮਾਰਨ ਮੁੱਕੀਆਂ, ਜੋ ਤੈਂ ਮਾਰਨ ਮੁੱਕੀਆਂ, ਫਰੀਦਾ ਜੋ ਤੈਂ ਮਾਰਨ ਮੁੱਕੀਆਂ, ਉਹ ਜੋ ਤੈਂ ਮਾਰਨ ਮੁੱਕੀਆਂ ਫਰੀਦਾ, ਜੋ ਤੈਂ ਮਾਰਨ ਮੁੱਕੀਆਂ, ਫਰੀਦਾ ਜੋ ਤੈਂ ਮਾਰਨ ਮੁੱਕੀਆਂ ਕੀ ਕਰ? ਕਹਿੰਦੇ ਇਹ ਇਹ ਨਾ ਕਰਕੇ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ। ਫਰੀਦਾ ਜੋ ਤੈਂ ਮਾਰਨ ਮੁੱਕੀਆਂ ਤਿਨਾਂ ਨਾ ਮਾਰੇ ਘੁੰਮ, ਆਪ ਨੜੇ ਘਰ ਜਾਈਏ ਪੈਰ ਤਿਨਾਂ ਦੇ ਚੁੰਮ, ਕਿੰਨਾ ਔਖਾ ਰਸਤਾ ਹੈ। ਇਸੇ ਕਰਕੇ ਉੱਚੀ ਮੰਜ਼ਿਲ ਹੈ ਸੰਤ ਕਾ ਮਾਰਗ, ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ। ਇਹ ਨਹੀਂ ਕਿ ਉਸ ਦਾ ਜਵਾਬ ਉਸੇ, ਫਿਰ ਕਰਮ ਖਤਮ ਕਿਵੇਂ ਹੋਵੇਗਾ? ਫਿਰ ਤਾਂ ਅੱਗੇ ਤੋਂ ਅੱਗੇ ਵੱਧਦਾ ਹੀ ਚਲਾ ਗਿਆ। ਕਰਮ ਦਾ ਪ੍ਰਤੀਕਰਮ ਹੈ, ਐਕਸ਼ਨ ਦਾ ਰੀਐਕਸ਼ਨ ਹੈ। ਕਰਮ ਖਤਮ ਹੀ ਤਾਂ ਹੋਣਾ ਹੈ ਜੇ ਆਪਣੇ ਆਪ ਨੂੰ ਖਤਮ ਕਰਨਾ ਹੈ। ਹੋਂ ਦੇ ਨਾਲ ਕਰਮ ਖਤਮ ਹੁੰਦਾ ਨਹੀਂ, ਹੁੰਦਾ ਹੀ ਨਹੀਂ। ਕਰਮ ਬੰਨਦਾ ਹੈ, ਉਹਨੇ ਕਰ ਲਿਆ, ਤੁਸੀਂ ਕਰ ਲਿਆ, ਦੂਜੇ ਨੇ ਕਰ ਲਿਆ, ਇਸ ਤਰ੍ਹਾਂ ਕਰਮ ਖਤਮ ਨਹੀਂ ਹੁੰਦਾ।
ਇਹ ਤਾਂ ਹਾਂ ਜਿਹੜੀ ਹਾਂ ਹਾਂ ਮੈਂ ਵਿੱਚੋਂ ਖੋਵੇ, ਦੂਜਾ ਮਿਟੇ ਇੱਕੋ ਹੋਵੇ। ਆਪਣੇ ਆਪ ਨੂੰ ਮਿਟਾ, ਇਹ ਫਰੀਦਾ ਜਿਵੇਂ ਉਹ ਫਕੀਰ ਦੀ ਹੈ, ਇਹ ਫਕੀਰ ਦਾ ਜਿਹੜਾ ਰਸਤਾ ਹੈ, ਇਹ ਜਿਹੜੀ ਚਾਲ ਹੈ, ਇਹ ਜੱਗ ਤੋਂ ਨਿਰਾਲੀ ਹੁੰਦੀ ਹੈ। ਹੁੰਦੀ ਜੱਗ ਨਾਲ ਚਾਲ ਨਿਰਾਲੀ ਤੇਰੇ ਭਗਤਾਂ ਦੀ, ਹੁੰਦੀ ਜੱਗ ਨਾਲ ਚਾਲ ਨਿਰਾਲੀ ਭਗਤਾਂ ਦੀ, ਹੁੰਦੀ ਚੱਲ ਨਰਾਲੀ ਤੇਰੇ ਭਗਤਾਨੀ, ਹੰਦੀ ਜਗ ਨਾਲ ਚੱਲ ਨਰਾਲੀ ਤੇਰੇ ਭਗਤਾਨੀ, ਹੰਦੀ ਤੇਰੇ ਭਗਤਾਂ ਦੀ, ਤੇਰੇ ਭਗਤਾਂ ਦੇ ਨਰਾਲੀ ਤੇਰੇ ਭਗਤਾਂ ਦੀ, ਹੁੰਦੀ ਜਗ ਨਾਲ ਚੱਲ ਨਰਾਲੀ ਤੇਰੇ ਭਗਤਾਂ ਦੇ, ਹੁੰਦੀ ਜਗ ਨਾਲ ਚੱਲ ਨਰਾਲੀ ਤੇਰੇ ਭਗਤਾਂ ਦੀ, ਜਗ ਨਾਲ ਚੱਲ ਨਰਾਲੀ ਤੇਰੇ ਭਗਤਾਂ ਦੇ। ਭਗਤਾਂ ਕੀ ਚਾਲ ਨਰਾਲੀ, ਚਾਲਾ ਨਰਾਲੀ ਭਗਤ ਕੇਰੀ, ਬਿਖਮ ਮਾਰਗ ਚੱਲਣਾ, ਬਿਖਮ ਮਾਰਗ ਹੈ ਪਿਆਰਿਆ। ਇੱਥੇ ਇਹ ਨਹੀਂ ਕਿ ਤਾਨੇ ਮਿਹਣੇ, ਤੂੰ ਤਾਂ ਕਹਿੰਦੇ ਉਹ ਸਦਨਿਆ, ਇਉਂ ਤਾਨੇ ਦੇ ਰਿਹਾ ਜਿਵੇਂ ਇੱਕ ਸਰੀਕ, ਸਰੀਕਾਂ ਦੀ ਲੜਾਈ ਹੋਵੇ
ਤਾਨੇ ਤੁਸੀਂ ਸੁਣਦੇ ਹੋ ਵਿਆਹਾਂ ਦੇ ਵਿੱਚ, ਸਿੱਠਣੀਆਂ ਸੁਹਾਗ ਗਾਏ ਜਾਂਦੇ, ਲੜਾਈਆਂ 'ਚ ਤਾਨੇ ਮਿਹਣੇ ਦਿੱਤੇ ਜਾਂਦੇ, ਰੱਬ ਦੇ ਰਾਹ ਜਾਂਦੇ ਲੜਾਈ, ਇਹ ਨਹੀਂ। ਇੱਥੇ ਦਿਲ ਦੀ ਸਫਾਈ ਦੀ ਲੋੜ ਹੈ। ਦਿਲ ਇੱਕ ਸ਼ੀਸ਼ਾ ਹੈ, ਇੱਕ ਅੰਤਸ਼ਕਰਨ, ਮਨ ਬੁੱਧ ਚਿੱਤ ਅਹਿਮ ਭਾਵ ਦਾ ਉਹ ਜੋੜ ਹੈ। ਉਸ ਦੇ ਉੱਤੇ ਸ਼ੀਸ਼ੇ 'ਚ ਇਹ ਨਹੀਂ ਕਿ ਉਹ ਆਪਣਾ ਹੀ ਸਰੂਪ ਨਜ਼ਰ ਆਉਂਦਾ ਹੈ, ਦੂਸਰਾ ਤਾਂ ਦੇਖਦੇ ਹੀ ਨਹੀਂ। ਉਹ ਅਵਸਥਾ ਕਿੰਨੀ ਉੱਚੀ ਹੈ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੇ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬਰਮ ਗਿਆਨੀ ਹੋਏ। ਕਿੱਡਾ ਇਹ ਬਰਮ ਗਿਆਨ ਹੈ ਕਿ ਸਾਰਾ ਬਰਮ ਹੀ ਹੈ, ਬਰਮ ਦਿਸੈ ਬਰਮ ਸੁਣੀਐ ਏਕ ਏਕ ਵਖਾਣੀਐ, ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਐ। ਦੂਸਰਾ ਨਜ਼ਰ ਨਹੀਂ ਆਉਂਦਾ, ਉਹ 'ਚ ਵੀ ਪਰਮ ਆਪਾ ਹੀ ਨਜ਼ਰ ਆਉਂਦਾ ਹੈ। ਦੁੱਖ ਦ੍ਰਿਸ਼ਟੀ ਨਹੀਂ ਆਉਂਦੀ ਉੱਥੇ, ਉਹ ਦ੍ਰਿਸ਼ਟੀ 'ਚ ਸ੍ਰਿਸ਼ਟੀ ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਜਿਹੜਾ ਸੰਸਾਰ ਹੈ, ਇਹ ਵਿਸ਼ਵ ਹੈ, ਇਹ ਸਾਰਾ ਹੀ ਉਹ ਹਰੀ ਦਾ ਰੂਪ ਨਜ਼ਰ ਆਉਂਦਾ। ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ, ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਬਣਾਸ, ਇੱਕ ਨਾ ਭਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ, ਏ ਵੀ ਆਖ ਨ ਜਾਪੀ ਜੇ ਕਿਸੈ ਆਣੈ ਰਾਸ, ਨਾਨਕ ਗੁਰਮੁਖ ਜਾਣੀਏ ਜਾਂ ਕੋ ਆਪ ਕਰੇ ਪ੍ਰਕਾਸ। ਉਹ ਗਿਆਨ ਅੰਜਨ ਜਿਹੜਾ ਸੁਰਮਾ ਏ ਅੰਦਰ ਪ੍ਰਕਾਸ਼ ਕਰ ਦਿੰਦਾ ਹੈ, ਉਸ ਦੇ ਨਾਲ ਫਿਰ ਇੱਥੇ ਦੂਸਰਾ ਨਜ਼ਰ ਨਹੀਂ ਆਉਂਦਾ। ਨਹੀਂ ਤਾਂ ਅੰਧੇ ਅੰਧੀ ਠੂਹੇ ਠੇਲੇ ਹਨੇਰੇ ਦੀਆਂ ਟੱਕਰਾਂ ਨੇ। ਗਿਆਨ ਦੇ ਪ੍ਰਕਾਸ਼ 'ਚ ਜੇ ਕੋਈ ਬੁਰਾ ਵੀ ਕਰਦਾ ਹੈ ਉਹਦਾ ਵੀ ਭਲਾ, ਕਿਉਂਕਿ ਇਹ ਜਿਹੜੇ ਬੇਲੋੜੇ ਹੁੰਦੇ ਨੇ ਉਹ ਬੜੇ ਥੋੜ੍ਹੇ ਨੇ। ਦੁਨੀਆ ਜਿਹੜੀ ਹੈ ਇਹ ਲੋੜਾਂ ਦੀ ਹੈ, ਜਿਹੜੇ ਉਹ ਬੇਲੋੜੇ ਨੇ, ਲੋੜਾਂ ਵਾਲੇ ਹੈਣ ਬਥੇਰੇ, ਬੇਲੋੜੇ ਨੇ ਥੋੜ੍ਹੇ। ਬੇਲੋੜਾ ਜੇ ਕੋਈ ਮਿਲ ਜੇ ਤਾਂ ਚੁੰਮ ਉਹਨਾਂ ਦੇ ਜੋੜੇ, ਬੇਲੋੜਾ ਕੋਈ ਉਹ ਤਾਂ ਕੀ ਕਰਦਾ ਹੈ, ਉਹ ਤਾਂ ਇੰਦਰ ਨੂੰ ਵੀ, ਕਿੱਦਾਂ ਵੱਡਾ ਇੰਦਰ ਹੈ, ਉਹਨੂੰ ਵੀ ਇੰਦਰ ਜੋ ਨਰ ਨਿਰਦਾਵੇ ਰਹੇ ਸੁਗਣੇ ਇੰਦਰ ਸਿਓ ਰੰਕ, ਉਹ ਦਾਵਾ ਨਹੀਂ ਕੋਈ ਹੁੰਦਾ ਫਕੀਰ ਦਾ। ਇਹ ਐਸੀ ਮੰਜ਼ਿਲ ਹੈ ਸਾਧਨਾ ਜੀ, ਤੁਸੀਂ ਤਾਂ ਇਸ ਤਰ੍ਹਾਂ ਦੇ ਨਾਲ ਕਰਦੇ ਹੋ ਕਿ ਜਿਵੇਂ ਸਰੀਕ ਤਾਨਾ ਮਿਹਣਾ ਦਿੰਦਾ ਹੈ। ਕਹਿਣ ਲੱਗੇ ਇਹ ਨਹੀਂ, ਇੱਥੇ ਤਾਂ ਰੁੱਖ ਵਰਗਾ ਉਹ ਜਿਗਰਾ ਰੱਖਣਾ ਪੈਂਦਾ ਹੈ, ਦਰਵੇਸਾਂ ਨੂੰ ਲੋੜੀ ਹੈ ਰੁੱਖਾਂ ਦੀ ਜੈ ਰਾਂਦ, ਦਰ ਦਰਵੇਸੀ ਕੋ ਜਿਹੜੇ ਹੁੰਦੇ ਨੇ ਉਹ ਕੀ ਕਰਦੇ ਨੇ, ਦਰ ਦਰਵੇਸੀ ਕੋ ਜਾਣ ਸੀ ਵਿਰਲਾ ਕੋ ਦਰਵੇਸ, ਜੇ ਘਰ ਘਰ ਹੰਡੇ ਮੰਗਦਾ ਤ੍ਰਿਗ ਜੀਵਨ ਤ੍ਰਿਗ ਵੇਸ। ਜਿਹੜੇ ਫਕੀਰ ਨੇ ਉਹ ਤਾਂ ਇਹ ਬੰਨਦੇ ਹੀ ਨਹੀਂ ਦਾਵਾ ਕੋਈ, ਪੱਲੇ ਰਿਜਕ ਨਾ ਬੰਨਦੇ ਪੰਛੀ ਤੇ ਦਰਵੇਸ਼, ਤੂੰ ਕਹਿੰਦੇ ਦਰ ਦਰਵੇਸੀ ਕੋ ਜਾਣਦੀ, ਦਰਵੇਸ਼ ਹੈ ਤੂੰ, ਤੂੰ ਰਸਤਾ ਇਹ ਅਖਤਿਆਰ ਕੀਤਾ ਹੈ, ਇਸ ਰਸਤੇ ਦੇ ਉੱਤੇ ਤਾਨੇ ਮਿਹਣੇ ਨਹੀਂ ਚੱਲਦੇ। ਤੂੰ ਕਹਿੰਦਾ ਹੈ ਕਿ ਉਹ ਇੱਕ ਐਸਾ ਕਾਮਾ ਰੱਥੀ ਸੀ ਕਾਮ ਦੇ ਅਧੀਨ ਹੋ ਕੇ, ਉਸਨੇ ਭੇਖ ਬਣਾ ਲਿਆ, ਤੂੰ ਉਹਦੀ ਰਾਖੀ ਕੀਤੀ, ਤੂੰ ਮੇਰੀ ਕਿਉਂ ਨਹੀਂ ਕਰਦਾ, ਮੈਂ ਤਾਂ ਸਿੱਧੇ ਰਸਤੇ 'ਤੇ ਚੱਲਿਆ ਹਾਂ। ਕਹਿੰਦੇ ਉਹ ਧੀਰਜ ਰੱਖ, ਕਹਿੰਦਾ ਕੀ ਰੱਖਾਂ,
ਕਹਿੰਦੇ ਤੇਰਾ ਕਰਮ ਹੈ, ਕਹਿੰਦਾ ਜੇ ਕਰਮ ਨਾਮ ਜਪਣ ਨਾਲ, ਬਾਣੀ ਪੜ੍ਹਨ ਨਾਲ, ਸੇਵਾ ਕਰਨ ਨਾਲ ਕਰਮ ਤਾਂ ਕੱਟੇ ਜਾਂਦੇ ਨੇ, ਗੁਰੂ ਕਾ ਸ਼ਬਦ ਕੱਟ ਕੋਟ ਕਰਮ। ਉਹ ਕਹਿੰਦੇ ਪਿਆਰਿਆ ਇਹਦੇ ਵਿੱਚ ਵੀ ਧੀਰਜ ਰੱਖਣੀ ਪੈਂਦੀ ਹੈ, ਤੂੰ ਕਾਲਾ ਨਾ ਪੈ, ਕਾਲੇ ਪਣ 'ਚ ਤਾਂ ਇਹ ਤੱਤੇ ਸਾਰ ਨਾ ਜਾਣੇ ਵਾਲੀ ਗੱਲ ਹੋ ਜਾਂਦੀ ਹੈ, ਤੂੰ ਉਹ ਇਹ ਨਾ ਕਰ, ਕਾਲਾ ਨਾ ਪੈ, ਹਰ ਕਾ ਬਲੋਵਨਾ ਬਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤੱਤ ਨਾ ਜਾਏ। ਇਹ ਸਹਿਜ ਦਾ ਮਾਰਗ ਹੈ। ਕਹਿੰਦੇ ਤੁਸੀਂ ਕੀ ਫਿਰ ਇਹ ਕਰਮ ਕੱਟਿਆ ਨਹੀਂ ਜਾ ਸਕਦਾ? ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੇ, ਸਿੰਘ ਸਰਨ ਕਤ ਜਾਈਏ ਜੋ ਜੁੰਬਕ ਗਰਾਸੇ। ਜੇ ਸ਼ੇਰ ਦੀ ਸ਼ਰਨ 'ਚ ਆ ਗਏ ਫਿਰ ਗਿੱਦੜਾਂ ਦਾ ਡਰ ਰਿਹਾ? ਕਹਿੰਦੇ ਪਿਆਰਿਆ ਇਹ ਗੱਲ ਨਹੀਂ, ਗੱਲ ਤਾਂ ਧੀਰਜ ਦੀ ਹੈ, ਗੱਲ ਤਾਂ ਸ਼ਾਂਤੀ ਦੀ ਹੈ, ਗੱਲ ਤਾਂ ਜਿਹੜੀ ਬਣਨੀ ਹੈ ਅੰਦਰੋਂ ਉਸ ਦੀ ਹੈ। ਇਸ ਤਰ੍ਹਾਂ ਨਾ ਤੂੰ ਕਰ, ਤੂੰ ਆਪਣੇ ਆਪ ਨੂੰ ਖੋਜ, ਆਪਣੇ ਆਪ ਦੀ ਰਿਸਰਚ ਕਰ, ਤੂੰ ਆਪਣੇ ਔਗਣ ਦੇਖ, ਕਿਸੇ ਦੇ ਦੇਖੀ ਨਾ। ਇਹ ਇਸ ਤਰ੍ਹਾਂ ਦੇ ਨਾਲ ਹੋਣਾ ਹੈ। ਜੇ ਸਾਂਝ ਕਰੀਜੈ ਗੁਣਾ ਕੇਰੀ, ਛੋਟ ਅਵਗਣ ਚੱਲੀਏ, ਤੂੰ ਤਾਂ ਅਵਗਣ ਦੇਖ ਰਿਹਾ ਹੈ। ਕਹਿੰਦੇ ਧੀਰਜ ਰੱਖ, ਕਰਮ ਹੈ ਇਹ ਪਰਾਲਬਧ ਕੋਟੀ ਦਾ, ਕਰਮ ਭੁਗਤਾਉਣਾ ਪੈਂਦਾ ਹੈ, ਵੱਡਿਆਂ ਵੱਡਿਆਂ ਨੂੰ ਕਰਮ ਭੁਗਤਾਉਣਾ ਪਿਆ। ਇਸ ਸਮੇਂ ਜਦੋਂ ਤੂੰ ਇਹ ਬੀਜਦਾ ਹੈ, ਉਸ ਸਮੇਂ ਤੂੰ ਦੇਖਦਾ ਨਹੀਂ ਕਿ ਮੈਂ ਕੀ ਬੀਜਦਾ ਹੈ। ਫਰੀਦਾ ਲੋੜੇ ਦਾਖ ਵਜੋਰੀਆਂ, ਕਿੱਕਰ ਬੀਜੈ ਜੱਟ, ਜਿਵੇਂ ਜੱਟ ਕਿੱਕਰਾਂ ਦੇ ਬੀਜ ਬੀਜੇ ਅਤੇ ਫਿਰ ਲੋੜਦਾ ਹੈ ਦਾਖ ਵਜੋਰੀਆਂ, ਇਹ ਕਿੱਥੋਂ ਦਾ ਕੰਮ ਹੋ ਸਕਦਾ ਹੈ? ਇਹ ਤਾਂ ਜਿਹੋ ਜਿਹੇ ਕਰਮ ਕਰਦੇ ਹਾਂ, ਇਹ ਕਰਮਾਂ ਦਾ ਪ੍ਰਤੀਕਰਮ ਹੈ, ਕਰਮਾਂ ਦਾ ਫਲ ਹੈ, ਇਹ ਤਾਂ ਭੋਗਣਾ ਹੀ ਪੈਂਦਾ ਹੈ। ਉਹ ਭੋਗ ਲੈ ਮਨਾ ਚਿੱਤ ਲਾ ਕੇ ਜੀ, ਲਿਖੀਆਂ ਲੇਖ ਦੀਆਂ ਤੂੰ ਤਾਂ ਭੋਗ ਲੈ ਮਨਾ ਚਿੱਤ ਲਾ ਕੇ, ਲਿਖੀਆਂ ਲੇਖ ਦੀਆਂ ਉਹ ਤੂੰ ਤਾਂ ਲਿਖੀਆਂ ਲੇਖ ਦੀਆਂ ਮੇਰੇ ਪਿਆਰੇ
ਨਿਆਣ ਲੇਖ ਦੀਆਂ ਜਗਤ ਕੁਰਾਜ ਕਰਮ ਨਨਾਥੈ ਉਹ ਸਿੰਘ ਤਰਨ ਕਤ ਜਾਈਐ ਜੋ ਹੁਣ ਐਸੇ ਇਹ ਸ਼ਬਦ ਸਦਨਾ ਜੀ ਦੇ ਆ ਰਹੇ ਹਨ ਕਿ ਹੁਣ ਤਾਂ ਆ ਕੰਧ ਚ ਨਹੀਂ ਜਾ ਰਹੀ ਇਹਦੇ ਵਿੱਚ ਚਿਣ ਦਿੱਤੇ ਜਾਣੇ ਆ ਹੱਥ ਕੱਟ ਦਿੱਤੇ ਜਾਣੇ ਨੇ ਤੇ ਤੁਸੀਂ ਆਕਾਸ਼ਵਾਣੀ ਰਾਹੀਂ ਇਹ ਸੁਨੇਹਾ ਭੇਜ ਰਹੇ ਹੋ ਕਿ ਧੀਰਜ ਰੱਖ ਹੁਣ ਤਾਂ ਹਾਲਾਤ ਐਸੀ ਬਣ ਚੁੱਕੀ ਹੈ ਜਲ ਘਰ ਨੇ ਚਾਤ੍ਰਿਕ ਦੁੱਖ ਪਾਵੇ ਇਹ ਪ੍ਰਾਣ ਗੇ ਥਾਕ ਮਿਲੇ ਹਨ ਕਾਮ ਨਾਵੇ ਇੱਕ ਬੂੰਦ ਦੇ ਵਾਸਤੇ ਉਪਪੀਹਾ ਤਰਸਦਾ ਏ ਬਿਰਹੋਂ 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 ਕਰਦਾ ਏ ਪ੍ਰਾਣ ਚਲੇ ਗਏ ਫਿਰ ਭਾਵੇਂ ਸਾਗਰ ਵੀ ਮਿਲੇ ਉਹ ਕਿਸ ਕੰਮ ਆਉਣਾ ਹੈ ਹੁਣ ਤਾਂ ਹਾਲਾਤ ਐਸੀ ਬਣ ਚੁੱਕੀ ਹੈ ਉਹ ਪ੍ਰਾਣ ਜੋ ਥੱਕੇ ਫਿਰ ਨਹੀਂ ਕੈਸੇ ਫਿਰ ਮਾਵੋ ਉਹ ਪੂਟ ਪੂਏ ਨੌਕਾ ਮਿਲੇ ਕੋ ਕਾਹੇ ਚੜਾਵੋ
ਫਿਰ ਡੁੱਬ ਰਿਹਾ ਹਾਂ। ਉਹ ਸਮੇਂ ਤਾਂ ਤੂੰ ਕੁਛ ਕਰਦਾ ਨਹੀਂ, ਫਿਰ ਕਿਸ਼ਤੀਆਂ ਭੇਜੇ ਡੁੱਬਦਾ ਕੀ ਤਰੇਗਾ। ਹੁਣ ਉਹ ਆਕਾਸ਼ਵਾਣੀ ਹੋਈ ਕਿ ਤੂੰ ਤਾਂ ਮੈਂ ਦੇ ਵਿੱਚ ਬੋਲ ਰਿਹਾ ਹਾਂ, ਦੇ ਵਿੱਚ ਕਰਮ ਕਰ ਰਿਹਾ। ਪਹਿਲਾਂ ਤਾਂ ਇਹ ਖਤਮ ਕਰ। ਉਹ ਮੈਂ ਵਿੱਚ ਖੋਵੈ ਦੂਜਾ ਮੇਟੈ ਇੱਕੋ ਹੋਵੈ, ਜਬ ਹਮ ਹੋਤੇ ਤਬ ਤੂੰ ਨਾਹੀਂ, ਤੂੰ ਹੀ ਮੈਂ ਨਾਹੀਂ। ਪਿਆਰਿਆ ਇਹ ਮੈਨੂੰ ਤੂੰ ਬਦਲ, ਮੈਨੂੰ ਖਤਮ ਕਰ, ਹੋਂ ਨੂੰ ਖਤਮ ਕਰ। ਹੋਂ ਨੂੰ ਖਤਮ ਕਰਨ ਦਾ ਸਾਧਨ ਹੈ ਗੁਰਮੰਤਰ ਹੈ। ਜਦੋਂ ਤੱਕ ਹੋਂ ਹੈ ਮੈਂ ਹੈ, ਕੋਈ ਕੰਮ ਨਹੀਂ ਬਣ ਸਕਦਾ। ਮੇਰੀ ਕਰੇ ਤਬ ਲੱਗ ਕਾਜ ਏਕ ਨਹੀਂ ਸਰੈ, ਇਹ ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ। ਉਹ ਪਿਆਰਿਆ ਇਸ ਨੂੰ ਖਤਮ ਕਰ, ਹੰਗਤਾ ਨੂੰ, ਮਮਤਾ ਨੂੰ, ਮੈਂ ਨੂੰ, ਮੇਰੀ ਨੂੰ। ਹੁਣ ਪੈਦਾ ਹੋ ਗਈ ਉਹ ਬੋਝ, ਜਿੱਥੇ ਹਉਮੈ ਬੁੱਝੇ ਤਾਂ ਦਰ ਸੁੱਝੇ, ਕਿ ਪਿਆਰਿਆ ਇਹ ਗੱਲ ਇਉਂ ਨਹੀਂ ਬਣਦੀ। ਜਿਨ੍ਹਾਂ ਨੇ ਮੇਰੀ ਮੇਰੀ ਕੀਤੀ ਕੋਈ ਰਿਹਾ, ਮੇਰੀ ਮੇਰੀ ਨਾ ਕਰੀ ਓਏ ਮਨਾ, ਮੇਰਿਆ ਜੀ ਮੇਰੀ ਵਾਲਾ ਕੋਈ ਨਾ ਰਿਹਾ। ਓ ਮੇਰੀ ਮੇਰੀ ਨਾ ਕਰੀ ਓਏ ਮਨਾ, ਮੇਰਿਆ ਮੇਰੀ ਵਾਲਾ ਕੋਈ ਨਾ ਰਿਹਾ। ਤਰ ਬਣਦੇ ਹਾਥੀ ਸੁਣਵੈ ਪਈ, ਮੇਰੀ ਮੇਰੀ ਇਹ ਸਾਰੇ ਕਰਦੇ ਨੇ, ਪਰ ਇਸ
ਰਸਤੇ ਦੇ ਤੌਤੇ ਚੱਲਣਾ, ਫਕੀਰ ਦਾ ਰਸਤਾ ਕਿਹੜਾ ਹੈ? ਕਬੂਲ ਜੀਵਨ ਕੀ ਛੱਡ ਆਸ, ਹੋ ਤਨੰਗੀ ਰੇੜ ਕਾ ਤੋ ਹਮਾਰੇ ਪਿਆਰਿਆ, ਇਸ ਰਸਤੇ ਤੇ ਚੱਲਣ ਵਾਸਤੇ ਤਾਂ ਕੀ ਕਰਨਾ ਪੈਂਦਾ ਹੈ? ਸੀਤਲੀ ਤੇ ਤਰਨਾ ਪੈਂਦਾ, ਔਖੀ ਖੇਡ ਪ੍ਰੇਮ ਦੇ, ਓ ਤਲੀ ਤੇ ਧਰਨਾ ਪੈਂਦਾ, ਕੀ ਖੇਡ ਪ੍ਰੇਮ ਨੀ ਤੀਸ, ਨਾ ਪੈਂਦਾ ਕੀ ਪ੍ਰੇਮ ਨੀ ਲਣਕਾ ਚਾਓ ਸਿਰ ਤਰ ਤਲੀ ਇਹ ਤੋ ਮਾਰਗ ਪੈਰ ਤਰੀ ਸਿਰ ਕਰਨ ਪੀਜ ਹੁਣ ਸਾਧਨਾ ਜੀ ਆਖਰ ਦੇ ਵਿੱਚ ਕੀ ਕਹਿੰਦੇ ਨੇ? ਸਮੇਂ ਇਹ ਸ਼ਬਦ ਦੀਆਂ ਇਹ ਆਖਰੀ ਤੁਕਾਂ, ਇਹਦੇ ਵਿੱਚ ਉਹ ਤੱਤ ਵਚਨ ਆਏ ਕਿ ਇਸ ਤਰ੍ਹਾਂ ਦੇ ਨਾਲ ਕੰਮ ਬਣਨਾ ਹੈ। ਇਹ ਅਰਦਾਸ ਦਾਸ ਬਣ ਕੇ ਕਰਨੀ ਪੈਣੀ ਹੈ।
ਸਦੇ ਨਾਥ ਨੇ ਤੋਰਾ ਜੀ ਅਸਰ ਮੇਰੀ ਰੱਖੋ ਲੱਜਿਆ ਉਹ ਮੈਂ ਸਦੇ ਨਾਥ ਨੇ ਤੋਰਾ ਅਸਰ ਮੇਰੀ ਰੱਖੋ ਲੱਜਿਆ ਅਸਰ ਲੱਜਾ ਰੱਖ ਲਿਓ ਸਦਨਾ ਦਨ ਹੁਣ ਅਰਦਾਸ ਫਿਰ ਸੁਣੀ ਗਈ ਕਿਉਂਕਿ ਉਸ ਸਮੇਂ ਉਹ ਦਾਸ ਬਣ ਕੇ ਅਰਦਾਸ ਕੀਤੀ ਗਈ ਫਿਰ ਇਹ ਤਾਨਾ ਨੀ ਮੇਲਾ ਨੀ ਸ਼ਿਕਵਾ ਨੀ ਕੋਈ ਸ਼ਿਕਾਇਤ ਨੀ ਕੀ ਹੈ ਸ਼ੁਕਰ ਹੈ ਤੇ ਇਹ ਅਰਦਾਸ ਸੁਣੀ ਜਾਂਦੀ ਹੈ ਕਦੋਂ ਉਹ ਬਿਰਥੀ ਕਦੇ ਨਾ ਹੋਵੇ ਜਾਣੇ ਕੀ ਅਰਦਾਸ ਉਹ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਦਾਸ ਉਸ ਸਮੇਂ ਦਾਸ ਬਣ ਕੇ ਨਿਮਰਤਾ ਧਾਰਨ ਕਰਕੇ ਹੋਂ ਨੂੰ ਛੱਡ ਕੇ ਕੀਤੀ ਅਰਦਾਸ ਪੂਰੀ ਹੁੰਦੀ ਹੈ ਜਿਵੇਂ ਭੇਖ ਧਾਰੀਆਂ ਦੀ ਲੱਜਾ ਰੱਖੀ ਫਿਰ ਉਸੇ ਤਰ੍ਹਾਂ ਦੇ ਨਾਲ ਉਹ ਰੱਖਦਾ ਹੈ ਤੇ ਆਪਣੇ ਸਿਰ ਕੀ ਆਪੇ ਰੱਖ ਆਪੇ ਨਾਮ ਉਹ ਜਹ ਜੇ ਕਾਜ ਕਿਰਤ ਸੇਵ ਕੀ ਸੇਵ ਸੇਵਕ ਕੋ ਨਿਕਟੀ ਹੋਏ ਦਿਖਾਵੇ ਜੋ ਚੁੱਕ ਹੈ ਠਾਕਰ ਪੈ ਸੇਵਕ ਤਤਕਾਲ ਹੋਏ ਆਵੇ ਫਿਰ ਉਹ ਸਦਨਾ ਜੀ ਦੀ ਸੁਣੀ ਗਈ ਜਿਹੜੀ ਉਹ ਬੀਬਾ ਨੇ ਦੋਸ਼ ਲਾਇਆ ਨਿਰਦੋਸ਼ ਦੇ ਉੱਤੇ ਦੌੜੀ ਆਉਂਦੀ ਹੈ ਕੂਕਾਂ ਮਾਰਦੀ ਹੈ ਪੁਕਾਰਾਂ ਕਰਦੀ ਹੈ ਕਿ ਮੈਂ ਸਭ ਕੁਝ ਕੀਤਾ ਇਹ ਮੇਰੇ ਦੋਸ਼ ਜਿਹੜਾ ਸੀ ਕਰਮ ਦਾ ਹੈ ਉਹ ਦਿੱਤਾ ਦੋਸ਼ਨ ਦੇਉਂ ਕਿਸੇ ਦੋਸ਼ ਕਰਮ ਉਹ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਨਾ ਫਿਰ ਉਹ ਸੁਣੀ ਗਈ ਨਿਰਦੋਸ਼ ਦੀ ਅਰਦਾਸ ਜਿਸ ਦੇ ਉੱਤੇ ਦੋਸ਼ ਲੱਗਿਆ ਉਹ ਜਿਹਨੇ ਲਾਇਆ ਦੋਸ਼ ਉਹੀ ਬੀਬਾ ਹੁਣ ਦੋਸ਼ ਮੁਕਤ ਕਰ ਰਹੀ ਹੈ ਤੇ ਐਸੇ ਉਹ ਜਨਾਂ ਨੂੰ ਜਿਹੜੇ ਆਪ ਮੁਕਤ ਕਰੇ ਸੰਸਾਰ
ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਐਸਿਆਂ ਨੂੰ ਸਦਾ ਹੀ ਨਮਸਕਾਰ ਹੈ ਜਿਨ੍ਹਾਂ ਦੀ ਇਹ ਬਾਣੀ ਗੁਰਬਾਣੀ ਹੈ, ਸਾਨੂੰ ਸਿੱਖਿਆ ਦਿੰਦੀ ਹੈ ਕਿ ਪਿਆਰਿਓ ਸਿੱਖੀ ਨਾ ਹੈ ਸਿੱਖਿਆ ਧਾਰਨ ਕਰਨ ਦਾ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਇਸ ਤਰ੍ਹਾਂ ਦੇ ਨਾਲ ਇਹ ਭਵਜਲ ਨੂੰ ਅਸੀਂ ਪਾਰ ਕਰ ਸਕਦੇ ਹਾਂ, ਆਲੋਕ ਵੀ ਸੁਖੀ ਅਤੇ ਪਰਲੋਕ ਵੀ ਸਹੇਲੇ ਬਣ ਸਕਦੇ ਹਾਂ। ਸੋ ਤੁਸੀਂ ਇੰਨਾ ਪਿਆਰ ਦਾ ਸਬੂਤ ਦਿੱਤਾ, ਇੰਨਾ ਸਮਾਂ ਦਾਨ ਕੀਤਾ, ਅਤੇ ਸਮਾਧਾਨ ਦੇ ਨਾਲ ਸਮਾਧਾਨ ਵੀ ਆ ਜਾਂਦਾ ਹੈ, ਜੁਗਤ ਮਿਲ ਜਾਂਦੀ ਸਤਸੰਗ 'ਚ ਕਿ ਜਦੋਂ ਇਸੇ ਤਰ ਗਏ ਨੇ ਅਸੀਂ ਵੀ ਤਰ ਸਕਦੇ ਹਾਂ, ਸਾਡੇ 'ਤੇ ਵੀ ਬਖਸ਼ਿਸ਼ ਹੋ ਸਕਦੀ ਹੈ। ਸੋ ਗੁਰੂ ਪੀਰਾਂ ਮਹਾਂਪੁਰਸ਼ਾਂ ਦੇ ਦਰਸਾਏ ਰਸਤੇ 'ਤੇ ਚੱਲੀਏ, ਗੁਰਬਾਣੀ ਬਣੀਏ, ਗੁਰਬਾਣੀ ਦੇ ਅਨੁਸਾਰ ਜੀਵਨ ਢਾਲੀਏ ਤਾਂ ਜੋ ਸਾਡਾ ਅਲੋਕ ਵੀ ਸੁਖੀ ਅਤੇ ਪਰਲੋਕ ਵੀ ਸਹੇਲੇ ਹੋ ਜਾਣਗੇ। ਸੋ ਆਓ ਜਿਹੜੇ ਨਹੀਂ ਹੁਣ ਤੱਕ ਬੋਲ ਸਕੇ, ਆਨੰਦ ਸਾਹਿਬ ਗੁਰੂ ਸਤੋਤਰ 'ਚ ਬੋਲ ਕੇ ਜ਼ਰੂਰ ਹੀ ਆਪਣੀ ਰਸਨਾ ਪਵਿੱਤਰ ਕਰਨ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਹਰ ਨਾਲ ਰੁੱਤ ਮਨ ਮੇਰੇ ਦੁੱਖ ਸਾਰਨਾ ਕਹੇ ਨਾਨਕ ਮਨ ਮੇਰੇ ਸਦਾ ਹਰ ਨਾਲ ਉਹ ਕਰਤਾ ਤੇਰੇ ਸੰਨਾ ਸਿਸਲਾ ਤੇਰੀ ਨਾਮ ਮੰਗ ਵਸਾਵੇ ਸਾਥਨਾ ਮੇਰਾ ਧਾਰ ਮੇਰਾ ਦਿਨ ਭੁੱਖਾਂ ਸਭ ਸਵਾਈਆਂ ਗੁਰਬਾਣੀ ਕਹਿ ਨਾਨਕ ਸੁਣੋ ਸੰਤ ਸਰ ਤਰੋ ਪਿਆਰ ਸਾਚਾ ਮੇਰਾ ਆਧਾਰੋ ਨੰਦ ਸੁਣੋ ਵੱਡੋ
ਇਹ ਪਾਰ ਪਰਮ ਪ੍ਰਭ ਪਾਇਆ ਉਤਰੇ ਸਗਲ ਬਸੂਰ ਦਿਨ ਰਾਤ ਦੋਇ ਤਾਈ ਦਾਇਆ ਖਿਲ ਸਗਲ ਜਗਤ ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਜੀ ਤਨ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਤਨ ਹੇ ਤਨ ਹੈ ਤਨ ਹੈ ਗੁਰੂ ਅਮਰਦਾਸ ਜੀ ਤਨ 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 ਹੈ ਗੁਰੂ ਰਾਮਦਾਸ ਜੀ ਤਨ ਹੇ ਤਨ ਤਨ ਹੈ ਗੁਰੂ ਨਾਨਕ ਦੇਵ ਜੀ ਤਨ 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 ਗੁਰੂ ਹਰ ਗੋਬਿੰਦ ਜੀ ਤਨ ਤਨ ਹੈ ਤਨ ਹੈ ਗੁਰੂ ਹਰ ਰਾਇ ਜੀ ਤਨ ਕ੍ਰਿਸ਼ਨ ਜੀ ਤਨ ਹੇ
ਚਨ ਹੈ ਤਨ ਹੈ ਗੁਰ ਤੇਗ ਬਹਾਦਰ ਤਨ 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 ਹੈ ਗੁਰੂ ਗੋਬਿੰਦ ਸਿੰਘ ਜੀ ਤਨ 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 ਹੈ ਗੁਰ ਗ੍ਰੰਥ ਸਾਹਿਬ ਜੀ ਤਨ ਤਨ ਹੈ ਤਨ ਹੈ ਤਨ ਹੈ ਤੇਰੀ ਸਾਧ ਸੰਗਤ ਜੀ ਤਨ ਹੈ ਤਨ ਤਨ ਹੈ ਤੇਰਾ ਪੰਥ ਖਾਲਸਾ ਤਨ ਸਤਨਾਮ ਤੇਰੇ ਗੁਰੂ ਵਾਹਿਗੁਰੂ 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 ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ ਵਾਹਿਗੁਰੂ 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 ਬੋਲ ਪਿਆਰਿਆ ਤੇਰਾ ਮਿੱਠੜਾ ਲੱਗੇਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਕੁਛ ਨਾ ਲੱਗੇ ਕਾ ਬੋਲ ਪਿਆਰਿਆ ਓ ਸਤਨਾਮ ਤੇਰੇ ਗੁਰੂ ਤੂੰ ਠਾਕੁਰ ਤੁਮ ਪਰਿਆ ਦੋ ਸਰਨਾਏ
ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਦੂਜਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਗਲ ਬਨਸਪਤ ਮੈਂ ਵੈ ਸੰਤਰ ਸਗਲ ਦੂਧ ਮੈਂ ਕੀਆ ਪੂਜ ਨੀਜ ਮੈਂ ਜੋਤ ਸਮਾਣੀ ਘਟ ਘਟ ਮਾਧੋ ਜੀਆ ਸਗਲ ਬਨਸਪਤ ਮੈਂ ਵੈ ਸੰਤਰ ਸਗਲ ਦੂਧ ਮੈਂ ਕੀਆ ਊਚ ਨੀਚ ਮੈਂ ਜੋਤ ਸਮਾਣੀ ਘਟ ਘਟ ਮਾਧੋ ਜੀਆ ਸੰਤੋ ਘਟ ਘਟ ਰਹਿਆ ਸਮਾਹਿਓ ਪੂਰ ਪੂਰ ਰਹਿਓ ਸਰਬ ਮੈਂ ਜਲ ਥਲ ਰਮਈਆ ਆਹਿਓ ਰਹਾਓ ਗੁਣ ਨਿਧਾਨ ਨਾਨਕ ਜਸ ਗਾਵੈ ਸਤਿਗੁਰ ਪਰਮ ਚੁਕਾਇਓ ਸਰਬ ਨਿਵਾਸੀ ਸਦਾ ਅਲੇਪਾ ਸਭ ਮੈਂ ਰਹਿਓ ਸਮਾਇਓ ਗੁਣ ਨਿਧਾਨ ਨਾਨਕ ਜਸ ਗਾਵੈ ਸਤਿਗੁਰ ਪਰਮ ਚੁਕਾਇਓ ਸਰਬ ਨਿਵਾਸੀ ਸਦਾ ਅਲੇਪਾ ਸਭ ਮੈਂ ਰਹਿਓ ਰਹਿਆ ਸਮਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਪਿਆਰੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦੀ ਸੰਪਰਦਾ ਜਿਸ ਵਿੱਚ ਆਪਾਂ ਸਾਰੇ ਹੀ ਸ਼ਾਮਿਲ ਹਾਂ ਅਤੇ ਕਿੰਨੇ ਪਿਆਰੇ ਬਚਨ ਕਰਕੇ ਗਏ ਹਨ ਸਰਦਾਰ ਦੇਵਾ ਸਿੰਘ ਜੀ ਬਹੁਤ ਹੀ ਪੁਰਾਣੇ ਅਤੇ ਮਹਾਂਪੁਰਖਾਂ ਦੇ ਨਾਲ ਜੁੜੇ ਹੋਏ ਜਿਨ੍ਹਾਂ ਨੇ ਬੇਨਤੀ ਕੀਤੀ ਹੈ ਕਿ ਇਹ ਜੋ ਦੁਆਬਾ ਇੱਥੇ ਸੈਂਟਰ ਬਣਿਆ ਹੋਇਆ ਹੈ ਇਸ ਇਲਾਕੇ ਦੇ ਅੰਦਰ ਪੂਰੇ ਦੇ ਅੰਦਰ ਜਿੱਥੇ ਆਪਾਂ ਬੈਠੇ ਹਾਂ ਖਾਸ ਕਰਕੇ ਇਸ ਪਿੰਡ ਦੇ ਅੰਦਰ 13-14 ਮੈਗਜ਼ੀਨ ਆਤਮ ਮਾਰਗ ਦੇ ਇਸ ਪਿੰਡ ਦੇ ਅੰਦਰ ਅਤੇ ਜੋ ਇਹ ਇੱਕ ਸੈਂਟਰ ਜਾਂ ਪੁਆਇੰਟ ਹੈ 700-800 ਦੇ ਕਰੀਬ ਇੱਥੇ ਸਾਰੇ ਇਲਾਕੇ ਦੇ ਅੰਦਰ ਆਤਮ ਮਾਰਗ ਮੈਗਜ਼ੀਨ ਪਹੁੰਚਦਾ ਹੈ ਉਸ ਦੇ ਵਿੱਚ ਵੀ ਐਡ ਦਿੱਤੀ ਜਾਵੇਗੀ ਤਾਂ ਜੋ ਇੱਥੇ ਇਸ ਸੈਂਟਰ ਦੇ ਉੱਤੇ ਇਕੱਠੇ ਹੋ ਕੇ ਆਪਾਂ ਹਰ ਮਹੀਨੇ ਇਸ ਦੁਆਬੇ ਦੇ ਅੰਦਰ ਮਹਾਂਪੁਰਖਾਂ ਦੇ ਜੋ ਪ੍ਰੋਗਰਾਮ ਹਨ ਜੋ ਬਾਬਾ ਗੁਰਪਾਲ ਸਿੰਘ ਜੀ ਦੀ ਡਿਊਟੀ ਇਸ ਦੁਆਬੇ ਦੇ ਅੰਦਰ ਲੱਗੀ ਹੋਈ ਹੈ ਉਹਨਾਂ ਤੋਂ ਬਾਅਦ ਰਤਵਾੜਾ ਸਾਹਿਬ ਵੱਲੋਂ ਕੋਈ ਨਾ ਕੋਈ ਇੱਥੇ ਆ ਕੇ ਜੋ ਸਾਡੇ ਬਹੁਤ ਹੀ ਪਿਆਰੇ ਧੀ ਸੰਤ ਮਹਾਰਾਜ ਰਤਵਾੜਾ ਸਾਹਿਬ ਵਾਲੇ ਜਿਨ੍ਹਾਂ ਦੇ ਨਾਲ ਸਾਡਾ ਪ੍ਰੇਮ ਪਿਆਰ ਹੈ ਜੁੜੇ ਰਹਿਣ ਦੀ ਜੋ ਤਾਂਘ ਹੈ ਸਾਡੀ ਕਿਉਂਕਿ ਜੁੜੇ ਰਹਿਣ ਦੇ ਵਿੱਚ ਸੁੱਖ ਹੈ ਸ਼ਾਂਤੀ ਹੈ ਅਤੇ ਜੋ ਕਿੰਨਾ ਹੀ ਉਹਨਾਂ ਮਹਾਂਪੁਰਖਾਂ ਨੇ ਸਾਨੂੰ ਉਪਦੇਸ਼ ਬਖਸ਼ ਕੀਤਾ ਉਸ ਨੂੰ ਵਾਰ ਵਾਰ ਦੁਹਰਾਉਣਾ ਕਿਸੇ ਕੋਲ ਜੋ ਉਹਨਾਂ ਦੀ ਸੰਗਤ ਦੇ ਵਿੱਚ ਰਹਿ ਕੇ
ਜਿਨ੍ਹਾਂ ਨੇ ਇਸ ਚੀਜ਼ ਨੂੰ ਪ੍ਰਪੱਕ ਕੀਤਾ ਹੈ ਉਹਨਾਂ ਦੀ ਸਮੇਂ ਨੂੰ ਬਹੁਤ ਲੋੜ ਹੈ। ਆਪਾਂ ਇਸ ਹੀ ਸਥਾਨ ਦੇ ਉੱਤੇ ਹਰ 11 ਤਰੀਕ ਨੂੰ ਇਕੱਠੇ ਹੋਣਾ ਹੈ। ਰਦਵਾੜਾ ਸਾਹਿਬ ਵਿਖੇ ਕਿੰਨੇ ਹੀ ਜੋ ਪ੍ਰੋਗਰਾਮ ਚੱਲ ਰਹੇ ਹਨ ਜਿਨ੍ਹਾਂ ਦੇ ਵਿੱਚ ਨਿਰਮਲ ਡੇਰਾ ਹਿਰਦਾ ਪੁਖੇੜੀ ਵਿਖੇ ਰਾਤ ਦੀ ਜੋ ਪੂਰਨਮਾਸੀ ਭਰਦੀ ਹੈ, ਇਸ ਇਲਾਕੇ ਤੋਂ ਵੀ ਸੰਗਤ ਪਹੁੰਚਦੀ ਹੈ। ਇਹ ਦੁਆਰੇ ਬੇਨਤੀ ਹੈ ਕਿ ਮਿਤੀ 16 ਜਨਵਰੀ ਨੂੰ ਰਾਤ ਦੇ ਸਮੇਂ ਜੋ ਸ਼ਾਮ ਦੇ 6 ਤੋਂ ਲੈ ਕੇ ਰਾਤ 12 ਵਜੇ ਤੱਕ ਰਹਿਣ ਸਵਾਈ ਕੀਰਤਨ ਤੋਂ ਬਾਅਦ ਆਯੁਰਵੈਦ ਖੀਰ ਉੱਥੇ ਵਰਤਾਈ ਜਾਂਦੀ ਹੈ, ਉੱਥੇ ਵੀ ਸੰਗਤਾਂ ਪਹੁੰਚਦੀਆਂ ਹਨ। ਉਹ ਵੀ ਆਪ ਜੀ ਉੱਤੋਂ ਲਾਹਾ ਪ੍ਰਾਪਤ ਕਰਦੇ ਹੋਏ ਹਰ 11 ਤਰੀਕ ਨੂੰ ਇਸ ਸਥਾਨ ਦੇ ਉੱਤੇ ਪਹੁੰਚਣ ਦੀ ਕਿਰਪਾਲਤਾ ਕਰਿਆ ਕਰੋ। ਆਤਮ ਮਾਰਗ ਹਰ ਇੱਕ ਘਰ ਦੇ ਅੰਦਰ ਆਉਂਦਾ ਹੈ, ਜਿਨ੍ਹਾਂ ਦੇ ਘਰ ਨਹੀਂ ਪਹੁੰਚਦਾ ਉਹ ਵੀ ਆਪ ਜੀ ਇੱਥੇ ਸੰਬੰਧਿਤ ਜੋ ਐਡਰੈਸ ਹਨ ਉੱਥੇ ਲਿਖਵਾ ਕੇ ਆਤਮ ਮਾਰਗ ਨਾਲ ਸੰਪਰਕ ਕਰਕੇ ਆਪ ਜੀ ਜ਼ਰੂਰ ਜੋ ਸੱਚਖੰਡ ਵਾਸੀ ਮਹਾਂਪੁਰਖਾਂ ਦੇ ਪ੍ਰਵਚਨ ਹਨ ਉਹਨਾਂ ਨੂੰ ਆਪ ਪੜ੍ਹੋ ਅਤੇ ਹੋਰਨਾਂ ਨੂੰ ਪੜ੍ਹਾਉਣ ਦਾ ਜੋ ਫਲ ਹੈ ਉਹ ਵੀ ਪ੍ਰਾਪਤ ਕਰੋ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧਿਆ ਕਾਨਾ Thank you.
जो उपजो सो बिन सह परो आज के काल नानक हर गुण गाए ले सगल जंदाल इथे बैठना किसे ने रहना बारी आई तुर जावना किसे ने रहना आई आई तुर जावना किसे ने रहना आई आई तुर जावना इथे से ने रहना आई आई तुर जावना आई आई ओ
ਤੁਰ ਜਾਵਣ ਵਾਰੀ ਆਈ ਜੀ ਤੁਰ ਜਾਵਣ ਕਿਸੇ ਨੇ ਰਹਿਣਾ ਵਾਰੀ ਆਈ ਤੁਰ ਜਾਵਣਾ ਇੱਥੇ ਬੈਠਣਾ ਕਿਸੇ ਨੇ ਰਹਿਣਾ ਵਾਰੀ ਆਈ ਤੁਰ ਜਾਵਣਾ ਸ਼ਿਵ ਪੇਕ ਗੇਕ ਫੇਰ ਪੇ ਰਾਮ ਚੰਦਰ ਕ੍ਰਿਸ਼ਨ ਕੇ ਅਵ ਬਰਮਾ ਓ ਵਿਸ਼ਨ ਕੇਤੇ ਵੇਦ ਆਪ ਰਾਨ ਕੇਤੇ ਸਿਮਰਤ ਸੁਨ ਕੇ ਹੋਏ ਹੋਏ ਬਤੇ ਵਿਸ਼ਨ ਕੇਤੇ ਵੇਦ ਅਪਰਾਨ ਵੇਦ ਅਪਰਾਨ ਕੇ ਹੋਏ ਹੋਏ ਬਤੇ ਕਿਤੇ ਅਸਨੀ ਕੁਮਾਰ ਅਸਨੀ ਕੁਮਾਰ ਅੰਤ ਅਵਤਾਰ ਕਿਤੇ ਕਾਲ ਵਾਸਤੇ ਹੈ
ਵੀਰ ਓ ਪੈਗੰਬਰ ਕਿਤੇ ਗਨ ਨਾ ਪਰਤ ਇਤੇ ਘੁੰਮ ਹੀ ਤੇ ਹੋਏ ਕੇ ਫੇਰ ਘੁੰਮ ਹੀ ਮਿਲੇ ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੀਏ, ਚਿੱਤ ਵਿਰਤੀਆਂ ਨੂੰ ਕਰੀਏ ਇਕਾਗਰ, ਰਸਨਾ ਦੀ ਪਵਿੱਤਰਤਾ ਦੇ ਵਾਸਤੇ ਸਾਰੇ ਹੀ ਉਚਾਰਨ ਕਰੋ ਜੀ ਸਤਨਾਮ ਸ੍ਰੀ। ਪਾਤਸ਼ਾਹ ਜੀ ਦਾ ਓਟ ਆਸਰਾ ਲੈ ਕੇ ਬਾਬਾ ਹਰਪਾਲ ਸਿੰਘ ਜੀ ਸਮੂਹ ਸਤਸੰਗੀ ਜਨ, ਜੋ ਕਿ ਆਪਣੇ ਪਿਤਾ ਬਾਬਾ ਹਜ਼ਾਰਾ ਸਿੰਘ ਜੀ ਦੀ ਸਾਲਾਨਾ ਯਾਦ ਦੇ ਵਿੱਚ ਸਤਸੰਗ ਸਮਾਗਮ ਕਰਾ ਰਹੇ ਹਨ, ਇਸ ਪਵਿੱਤਰ ਪਾਵਨ ਅਸਥਾਨ ਦੀ ਜੋ ਸੇਵਾ ਬੇਦੀ ਕੁਲਭੂਸ਼ਣ ਬਾਬਾ ਸਾਹਿਬ ਸਿੰਘ ਜੀ ਮਹਾਰਾਜ ਵੱਲੋਂ ਇਸ ਪਰਿਵਾਰ ਨੂੰ ਸੌਂਪਣਾ ਕੀਤੀ ਗਈ, ਟਹਿਲ ਮਹਿਲ ਤਾਂ ਕੋ ਮਿਲੇ ਜਾਂ ਕੋ ਸਾਧ ਕਿਰਪਾਲ, ਮਹਾਨ ਤਪਸਵੀ ਮਹਾਨ ਜੋਗੀ ਰਾਜਾ ਜੋਗੀ ਬਾਬਾ ਸਾਹਿਬ ਸਿੰਘ ਜੀ ਬੇਦੀ, ਜੋ ਕਿ ਇੱਕ ਮਹਾਨ ਸ਼ਖਸੀਅਤ ਹੋਏ ਹਨ, ਗੁਰੂ ਨਾਨਕ ਦੀ ਇੱਕ 11ਵੀਂ ਅੰਸ਼ ਵੰਸ਼ ਸਨ, ਬੜੀ ਕਿਰਪਾ ਹੈ, ਬਖਸ਼ਿਸ਼ ਹੈ ਇਸ ਬੇਦੀ ਕੁੱਲ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਪ੍ਰਗਟ ਹੋਏ ਅਤੇ ਉਹਨਾਂ ਦੀ ਇਹ 11ਵੀਂ ਜਗ੍ਹਾ ਦੇ ਉੱਤੇ ਬਾਬਾ ਸਾਹਿਬ ਸਿੰਘ ਜੀ ਬੇਦੀ ਮਹਾਰਾਜ ਉਹਨਾਂ ਸਾਹਿਬ ਵਾਲੇ ਹੋਏ ਜਿਨ੍ਹਾਂ ਨੂੰ ਮਾਣ ਪ੍ਰਾਪਤ ਹੈ, ਜੋ ਖਾਲਸਾ ਰਾਜ ਦਾ ਨੀਂਹ ਰੱਖੀ ਗਈ, ਕਿਉਂਕਿ ਉਸ ਸਮੇਂ ਮਿਸਲਾਂ ਦੇ ਵਿੱਚ ਇਹ ਸਾਰੇ ਛੋਟੀ ਛੋਟੀਆਂ ਮਿਸਲਾਂ ਇਹਨਾਂ ਦੇ ਵਿੱਚ ਵੰਡੇ ਹੋਏ ਸੀ ਸਾਰੇ ਸਰਦਾਰ, ਉਹ ਬਾਬਾ ਜੀ ਨੇ ਕਿਰਪਾ ਕੀਤੀ ਸਾਰਿਆਂ ਨੂੰ ਇਕੱਠਾ ਕਰਕੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਆਪ ਜੀ ਨੇ ਤਿਲਕ ਦਿੱਤਾ, ਕਿੱਡੀ ਬਖਸ਼ਿਸ਼ ਕਰ ਦਿੱਤੀ ਇਹ ਖਾਲਸਾ ਰਾਜ ਬਾਬਾ ਸਾਹਿਬ ਸਿੰਘ ਜੀ ਦੀ ਆਸ਼ੀਰਵਾਦ ਦੇ ਨਾਲ ਕਾਇਮ ਹੋਇਆ ਅਤੇ ਇੱਥੇ ਆ ਅਸਥਾਨ ਗੁਰਦੁਆਰਾ ਸਾਹਿਬਾਨ ਇਤਿਹਾਸਕ ਅਸਥਾਨ ਹਨ, ਇੱਥੋਂ ਦੀ ਸੇਵਾ ਬਾਬਾ ਹਜ਼ਾਰਾ ਸਿੰਘ ਜੀ ਨੂੰ ਉਹਨਾਂ ਮਹਾਂਪੁਰਸ਼ਾਂ ਨੇ ਬਖਸ਼ਿਸ਼ ਕੀਤੀ, ਕਿੱਡੀਆਂ ਰਹਿਮਤਾਂ ਬਖਸ਼ਿਸ਼ਾਂ ਹੋਈਆਂ, ਕਿਉਂਕਿ ਐਸੇ ਸਤਪੁਰਸ਼ਾਂ ਦੀ ਸੇਵਾ ਕੀ ਬਖਸ਼ਿਸ਼ ਕਰਦੀ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾਗੈ। ਐਸੀ ਸੇਵਾ ਜੋ ਇਸ ਪਰਿਵਾਰ ਨੂੰ ਬਖਸ਼ਿਸ਼ ਹੋਈ, ਜਿਹਦੇ ਵਿੱਚ ਧਰਮ ਵੀ ਹੈ, ਅਰਥ ਵੀ ਹੈ, ਕਾਮ ਵੀ ਹੈ, ਮੋਕਸ਼ ਵੀ ਹੈ,
ਸਤਿਗੁਰ ਕੇ ਬਸ ਚਾਰ ਪਦਾਰਥ, ਤੀਨ ਸਮਾਏ ਏਕ ਕਿਰਤਾਰਥ। ਉਹ ਸੀਨਾ ਵਸੀਨਾ ਜੋ ਬਿੰਦੀ ਅੰਸ਼ ਇਹ ਸੇਵਾ ਨਿਭਾਉਂਦੀ ਆ ਰਹੀ ਹੈ, ਬਖਸ਼ਿਸ਼ ਹੋਈ ਹੈ ਇਹ ਸੇਵਾ ਉਹਨਾਂ ਮਹਾਂਪੁਰਸ਼ਾਂ ਦੀ। ਸੇਵਾ ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ। ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਇਹ ਸੇਵਾ ਵਾਸਤੇ ਅਤੇ ਸਿਮਰਨ ਵਾਸਤੇ ਹੀ ਸਾਨੂੰ ਇਹ ਮਾਨੁਖ ਤਨ ਦੀ ਪ੍ਰਾਪਤੀ ਹੋਈ ਹੈ। ਅੱਜ ਬਾਬਾ ਹਜ਼ਾਰਾ ਸਿੰਘ ਜੀ ਦੀ ਇਹ ਸਾਲਾਨਾ ਜਾਤ ਆ ਵਰਸੀ ਮਨਾਈ ਜਾ ਰਹੀ ਹੈ। ਆਪਾਂ ਸ਼ਬਦ ਪੜ੍ਹਿਆ ਹੈ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਫਰਮਾਨ ਕਰਦੇ ਹਨ ਕਿ ਇਸ ਧਰਤ ਦੇ ਉੱਤੇ ਮਾਤ ਲੋਕ ਦੇ ਉੱਤੇ ਵੱਡੇ ਵੱਡੇ ਹੋਏ, ਏਕ ਸ਼ਿਵ ਪੇ ਏਕ ਗੇ ਏਕ ਫੇਰ ਪੇ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਬਰਮਾ ਔ ਵਿਸ਼ਨ ਕੇਤੇ, ਵੇਦ ਔ ਪੁਰਾਨ ਕੇਤੇ, ਸਿਮਰਤ ਸਮੂਹਨ ਕੇਤੇ, ਹੋਏ ਹੋਏ ਬਿਤੇ ਹੈ। ਮੋਨ ਦੀ ਮਦਾਰ ਕੇਤੇ, ਅਸਨੀ ਕੁਮਾਰ ਕੇਤੇ, ਅੰਸ ਅਵਤਾਰ ਕੇਤੇ, ਕਾਲ ਵਸ ਪੇ ਹੈ। ਪੀਰ ਔ ਪੈਗੰਬਰ ਕੇਤੇ, ਗਨੇ ਨਾ ਪਰਤ ਏ ਤੇ ਭੂਮ ਹੀ ਤੇ, ਹੋਏ ਕੇ ਫਿਰ ਭੂਮ ਹੀ ਮਿਲੇ ਹੈ। ਵੱਡੇ ਵੱਡੇ ਇਹ ਸੰਸਾਰ ਦੇ ਉੱਤੇ ਹੋਏ, ਪਰ ਰਹਿੰਦਾ ਕੌਣ ਹੈ? ਨਾਮ ਰਿਹੋ ਸਾਧੂ ਰਿਹੋ, ਰਿਹੋ ਗੁਰੂ ਗੋਬਿੰਦ, ਕਹ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਜਿਹੜੇ ਗੁਰਮੰਤਰ ਦੀ ਕਮਾਈ ਕਰਕੇ ਉਹ ਨਾਮ ਅਵਿਆਸੀ ਨਾਮ ਤੱਕ ਰਸਵਾਈ ਹੋ ਗਈ, ਉਹ ਸਦਾ ਹੀ ਸੰਸਾਰ ਦੇ ਉੱਤੇ ਰਹਿੰਦੇ ਨੇ। ਅੱਜ ਉਹਨਾਂ ਨੂੰ ਯਾਦ ਕਰਦੇ ਹਾਂ, ਉਹਨਾਂ ਦੀਆਂ ਵਰਸੀਆਂ ਮਨਾਈਆਂ ਜਾਂਦੀਆਂ ਹਨ। ਸੋ ਸੱਚੇ ਪਾਤਸ਼ਾਹ ਜੀ ਐਸਾ ਫਰਮਾਨ ਕਰਦੇ ਹਨ। ਨਾਮ ਰਹੂਗਾ ਰਹਿਣਗੇ ਸਾਧੂ, ਹੋਰ ਸਾਰੀ ਝੂਠੀ ਦੁਨੀਆ ਰਹਿਣਗੇ ਸਾਧੂ, ਹੋਰ ਸਾਰੀ ਝੂਠੀ ਦੁਨੀਆ ਸਾਧੂ, ਹੋਰ ਸਾਰੀ ਝੂਠੀ ਦੁਨੀਆ ਰਹਿਣਗੇ ਸਾਧੂ, ਹੋਰ ਸਾਰੀ ਝੂਠੀ ਦੁਨੀਆ ਸਾਧੂ।
ਮੇਰੇ ਪਿਆਰੇ ਹੋਰ ਸਭ ਸੁਖੀ ਦੁਨੀਆ, ਮੇਰੇ ਪਿਆਰੇ ਹੋਰ ਸਭ ਸੁਖੀ ਦੁਨੀਆ, ਸਾਧੂ ਹੋਰ ਸਾਰੀ ਝੂਠੀ ਦੁਨੀਆ, ਰਹਿਣਗੇ ਸਾਧੂ ਹੋਰ ਸਭ ਝੂਠੀ ਦੁਨੀਆ, ਨਾਮ ਰਹੋ ਸਾਧੂ ਰਹੋ ਰਹੋ ਗੁਰੂ, ਕਹ ਨਾਨਕ ਇਹ ਜਗਤ ਮੈਂ ਇਹ ਸੰਸਾਰ ਦੇ ਵਿੱਚ ਜੋ ਉਪਜੋ ਜਿਸਦਾ ਜਨਮ ਹੈ ਉਸ ਦਾ ਇੱਕ ਨਾ ਇੱਕ ਦਿਨ ਮਰਨ ਵੀ ਹੈ, ਜੋ ਉਪਜੋ ਸੋ ਬਿੰਸ ਹੈ ਪਰੋ ਅੱਜ ਕੇ, ਨਾਨਕ ਹਰ ਗੁਣ ਗਾਏ ਲੈ ਸੁਰ ਜੰਨਾ। ਇਸ ਲੋਕ ਨੂੰ ਮਾਤ ਲੋਕ ਮਿਰਤ ਮੰਡਲ ਜਗ ਸਾਜਿਆ, ਜਿਉਂ ਬਾਲੂ ਕਾਰਬਾਰ ਵੱਡੀਆਂ ਵੱਡੀਆਂ ਉਮਰਾਂ ਕਰੋੜਾਂ ਸਾਲ, ਸ਼ਿਵ ਜੀ ਵਰਮਾ ਜੀ ਵਿਸ਼ਨੂੰ ਜੀ ਵੱਡੀਆਂ ਵੱਡੀਆਂ ਉਮਰਾਂ ਵਾਲੇ ਵੀ ਸੰਸਾਰ ਦੇ ਉੱਤੇ ਸਰੀਰ ਕਰਕੇ ਨਹੀਂ ਰਹੇ, ਰਹਿਣ ਵਾਲਾ ਹੈ ਨਾਮ। ਹੁਣ ਇੱਥੇ ਬਾਬਾ ਹਜੂਰਾ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਸੇਵਾ ਕੀਤੀ ਆ, ਸਾਹਮਣੇ ਜੋ ਗੁਰੂ ਸਥਾਨ ਬਣੇ ਹਨ, ਇਸ ਪਰਿਵਾਰ ਨੂੰ ਜੋ ਸੇਵਾ ਉਹ ਧੰਨ ਬਾਬਾ ਸਾਹਿਬ ਸਿੰਘ ਜੀ ਮਹਾਰਾਜ ਬੀਬੀ ਸਾਹਿਬ ਨੇ ਬਖਸ਼ਿਸ਼ ਕੀਤੀ, ਆ ਰਹਿੰਦੀ ਹੈ। ਬਾਕੀ ਤਾਂ ਸਾਰਾ ਸੰਸਾਰ
नाशवंत है चलाए मान है फिर सेवा को तो ए पले एक संत एक ओ राम जो दाता मुक्त को संत गोविंद के एक काम की काम है नाम जपना होरा नु जपाना सेवा करनी सेवा दी जात सिखाणी ए साधुआं दा काम है इसे काम वास्ते असीं समात लोक दे विच आए हां ओ गुर सेवा ते भगत कमाई एहे मानस इस देही को सिमरै दे सो देही पज इस नर नारायणी तेहनु देवते भी लोचते ने के कदों सानू मिले ए मिली है सेवा वास्ते सिमरन वास्ते बाबा हजूरा सिंह जी ने आ एना अस्थाना दी गुरु अस्थाना दी सेवा कीती सेवा करवाई सिमरन कीता नाम जपया नाम जपाया ऐसे काम दे वास्ते गुर सेवा ते भगत कमाई तब एह मानस देही पाई पर असी इस नूं भुल गए कि साडा प्रयोजन की है मान तन दा प्रयोजन की है पर पातशाह जी सानू याद करवांदे हन ओ पजो गोबिंद पुरवत जाहो मानस जन्म का एला हो के प्यारे ओ भुलिए ना क्योंकि असी सारे भुलदे हां भुलण अंदर सब को अभुल गुरु करतार पातशाह कहंदे भुलो ना की करो भजो गोबिंद भूल मत जाहो क्योंकि मान स्तन दा मान स्तन दा लाभ ही यही है वीर मानस जन्म दुर्लंब है होए न बार ओ जुवन फल पके पोए गिरे हर न लागे जिमें एक बारी डाली और टाणी दरख्त दी टुट गई दरख्त दे नालों फिर दरख्त दे नाल नहीं जुड़ सकदी
ਅਮਾਨਸ ਜਨਮ ਮਿਲਿਆ ਬਾਰ ਬਾਰ ਨਹੀਂ ਮਿਲਣਾ, ਜਿਹੜੇ ਤਾਂ ਇਸ ਨੂੰ ਸਫਲ ਕਰ ਗਏ। ਅੱਜ ਉਹਨਾਂ ਦੀਆਂ ਯਾਦਾਂ ਯਾਦ ਕੀਤੀਆਂ ਜਾਂਦੀਆਂ, ਯਾਦਾਂ ਮਨਾਈਆਂ ਜਾਂਦੀਆਂ, ਬਰਸੀ ਮਨਾਈ ਜਾਂਦੀ ਹੈ। ਪਰ ਜਿਹੜੇ ਇਹ ਨਹੀਂ ਕਰਕੇ ਗਏ, ਉਹ ਜੰਮਦੇ ਹਨ ਮਰਦੇ ਹਨ। ਬਾਬਾ ਜੀ ਬਾਬਾ ਹਜੂਰਾ ਸਿੰਘ ਜੀ ਲਾਹਾ ਲੈ ਗਏ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਉਹ ਮਨਮੁਖ ਆਵੇ ਮਨਮੁਖ ਜਾਵੇ, ਮਨਮੁਖ ਫਿਰ ਫਿਰ ਜਿਤਨੇ ਨਰਕ ਸੇ ਮਨਮੁਖ ਭੋਗੇ, ਰੁੱਖ ਲੇਪਨ ਮਾਥਾ ਹੈ। ਮਨਮੁਖ ਦੁੱਖ ਕਾ ਖੇਤ ਹੈ, ਦੁੱਖ ਬੀਜੇ ਦੁੱਖ ਖਾਏ, ਦੁੱਖ ਵਿੱਚ ਜੰਮੇ ਮਰ ਰਹੇ। ਹੋਮੇ ਕਰਤ ਬਿਹਾਏ, ਹੋਮੇ ਦੇ ਵਿੱਚ ਜੰਮਦਾ ਹੈ, ਹੋਂ ਦੇ ਵਿੱਚ ਹੀ ਮਰਦਾ ਹੈ। ਹੋਂ ਵਿੱਚ ਜੰਮੇ ਹੋਂ ਵਿੱਚ ਮਰੇ, ਹੋਂ ਦੇ ਵਿੱਚ ਹੀ ਸਾਰੇ ਕੰਮ ਕਰਦਾ ਹੈ। ਤੇ ਇਸੇ ਕਰਕੇ ਜੰਮਣ ਹੈ ਮਰਨ ਹੈ। ਹੋਮੇ ਦਾ ਜੋ ਇਲਾਜ ਹੈ ਉਹ ਹੈ ਵਾਹਿਗੁਰੂ। ਗੁਰਮੰਤਰ ਹੈ ਜਪ ਹੋਮੇ ਖੋਈ, ਨਾਮ ਰਿਹੋ ਸਾਧੂ ਰਿਹੋ ਰਿਹੋ ਗੁਰੂ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਜਿਹੜੇ ਗੁਰੂ ਦਾ ਮੰਤਰ ਲੈ ਕੇ ਉਹਦੀ ਕਮਾਈ ਕਰਦੇ ਹਨ, ਉਹ ਕਮਾਈ ਵਾਲੇ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਨਾਮ ਤੱਕ ਰਸਵਾਈ ਕਰਦੇ ਹਨ। ਉਹਨਾਂ ਦਾ ਆਉਣਾ ਇਹ ਸੰਸਾਰ ਦੇ ਉੱਤੇ ਸਫਲ ਹੈ, ਪਰ ਅਸੀਂ ਭੁੱਲ ਗਏ। ਭਜੋ ਗੋਬਿੰਦ ਭੂਲ ਮਤ ਜਾਹੋ, ਕਿਵੇਂ ਭੁੱਲ ਗਏ। ਉਹ ਵਿੱਚੋ ਗਰਭ ਨਿਕਲ ਆਇਆ, ਸਾਰ ਖਸਮ ਚਿਤ ਲਾਇਆ, ਵਿੱਚੋ ਗਰਭ ਨਿਕਲ ਆਇਆ ਖਸਮ, ਵਿਸਾਰ ਦੁਨੀ ਚਿਤ ਲਾਇਆ। ਉਸ ਮਾਲਕ ਨੂੰ ਭੁੱਲ ਗਏ, ਉਸ ਖਸਮ ਨੂੰ ਭੁੱਲ ਕੇ ਇਸ ਦੁਨੀਆਂ ਦੇ ਨਾਲ ਚਿੱਤ ਲਾ ਲਿਆ। ਹੈ ਤਾਂ ਇਹ ਸੁਪਨਾ ਹੈ, ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ, ਸੁਪਨੇ ਸੇਤੀ ਚਿੱਤ ਮੂਰਖ ਲਾਇਆ।
ਉਹ ਮੂਰਖ ਹੈ ਜਿਹੜਾ ਸੁਪਨੇ ਦੇ ਨਾਲ ਚਿੱਤ ਲਾ ਕੇ ਬੈਠ ਜਾਂਦਾ ਹੈ। ਇੱਕ ਤਾਂ ਸੁਪਨਾ ਰਾਤ ਨੂੰ ਜੇ ਸੁਪਨੇ 'ਚ ਰਾਜੇ ਬਣ ਗਏ ਕੀ ਬਣ ਜਾਂਦਾ ਰਾਜਾ, ਉਹ ਤਾਂ ਮੂਰਖਤਾ ਹੀ ਹੈ ਜਿਹੜਾ ਉਹਨੂੰ ਯਾਦ ਕਰਦਾ ਸੁਪਨੇ ਨੂੰ। ਇਸੇ ਤਰ੍ਹਾਂ ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ, ਉਹ ਮੂਰਖਤਾਈ ਹੈ ਜਿਹੜਾ ਇਹਦੇ ਨਾਲ ਚਿੱਤ ਲਾਉਂਦਾ ਹੈ। ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਬਿਸਰੇ ਰਾਜ ਰਸ ਸੁਖ ਭੋਗ ਜਾਗਤ ਪਖਲਾਇਆ, ਪੂਰਨ ਪੇ ਨਾਕਾਮ ਜਾ ਮੋਹਿਆ ਮਾਇਆ। ਕਿਆ ਵਿਚਾਰਾ ਜੰਤ ਜਾ ਆਪ ਭਲਾਇਆ, ਭੁੱਲੇ ਹੋਏ ਆ ਕਿਵੇਂ ਭੁੱਲੇ ਆ, ਉਹ ਪਹਿਲੇ ਪਿਆਰ ਲਕਾ ਥਣ ਦੁੱਧ ਦੂਜੇ ਮਾਏ ਆਪ ਕੀ, ਤੀਜੇ ਪਿਆ ਪਾਬੀ ਬੇਵ ਚੌਥੇ ਵੀਰ ਪੁੰਨੀ। ਇਹ ਤਾਂ ਬਚਪਨ ਚ ਹੀ ਲੰਘ ਗਿਆ ਸਮਾਂ, ਸਮਾਂ ਨਾਮ ਹੈ ਤਬਦੀਲੀ ਦਾ। ਸਮਾਂ ਲੰਘ ਜਾਂਦਾ ਜੋ ਕੰਮ ਕਰਨਾ ਨਹੀਂ ਕੀਤਾ, ਖੇਡਾਂ ਚ ਬਤੀਤ ਹੋ ਗਿਆ ਕਰਨ ਹੋਤੋ ਸੋ ਨਾ ਕੀਓ। ਪਰ ਲੋਭ ਕੈ ਫੰਦ ਨਾਨਕ ਸਮਿਓ ਰਮ ਗਿਓ, ਅਬ ਕਿਉਂ ਰੋਵਤ ਅੰਧ। ਹੁਣ ਬਚਪਨ ਬੀਤ ਗਿਆ ਜਵਾਨੀ ਆਈ, ਪੰਜਵੇਂ ਖਾਣ ਪੀਣ ਕੀ ਤਾਤ ਛੇਵੇਂ ਕੰਮ ਨਾ ਪੁੱਛੇ, ਇਹ ਸੱਤਵੇਂ ਸਾਂਝ ਕੀਆ ਕਰ ਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ। ਹੁਣ ਜਵਾਨੀ ਦੇ ਵਿੱਚ ਸਭ ਕੁਝ ਭੁੱਲ ਗਿਆ ਦੀਨ ਵਸਾਰਿਓ ਰੇ, ਦੀਨ ਨੂੰ ਪਲਾ ਕੇ ਦੁਨੀਆ ਦੇ ਪਿੱਛੇ ਲੱਗ ਕੇ ਵਿਸ਼ੇ ਵਕਾਰਾਂ 'ਚ ਪੈ ਕੇ ਕੀ ਕੀਤਾ, ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿੱਤ ਨਾ ਰਿਹਾ ਕੋਈ। ਭਾਈ ਬੰਦੀ ਹੇ ਚੁਕਾਇਆ ਦੁਨੀਆ ਕਾਰਨ ਦੀਨ ਗਵਾਇਆ, ਉਹ ਦੀਨ ਗਵਾਇਆ ਦੁਨੀ ਸੋ, ਉਹ ਪਾਏ ਕੁਹਾੜਾ ਮਾਰਿਆ ਨਾਨਕ ਦੁਨੀਆ ਕੈਸੀ ਹੋਈ। ਹੁਣ ਜਵਾਨੀ ਆਈ ਐਸੀ ਕਿ ਮਸਤਾਨੀ, ਇਹਦੇ ਵਿੱਚ ਪਤਾ ਹੀ ਨਹੀਂ ਲੱਗਦਾ
ਰਾਜ ਮਦ ਜੋਵਨ ਮਦ, ਕਿਉਂਕਿ ਰਾਜ ਸਮਾਲ ਰੂਪ ਜਾਤ ਜੋਵਨ ਪੰਜੇ ਠੱਗ ਇਨੀ ਠੱਗੀ ਜਗ ਠੱਗਿਆ ਕਿਨੇ ਨਾ ਰੱਖੀ ਲੱਜ। ਹੁਣ ਸਮਾਂ ਤਾਂ ਇਹ ਵੀ ਲੰਘ ਜਾਂਦਾ, ਸਮਾਂ ਨਾਮ ਹੀ ਤਬਦੀਲੀ ਦਾ ਹੈ। ਇਹ ਠਹਿਰ ਨਜਾਤ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਸੱਤਵੇਂ ਸਾਂਝ ਕਿਆ ਕਰਵਾਸ, ਘਰ ਵਾਰ ਬਣਾਉਣ ਵਾਸਤੇ ਵਿਆਹ ਹੋਇਆ। ਹੁਣ ਵਾਸ਼ਨਾਵਾਂ ਦੀ ਪੂਰਤੀ ਨਾ ਹੋਈ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਜਵਾਨੀ ਲੰਘ ਗਈ। ਹੁਣ ਕੀ ਆਇਆ ਜਾ ਰਾਈ, ਜੋਵਨ ਗਿਆ ਕਿਸ਼ਕੀਆ ਨਾਨੀਕਾ। ਬਾਰਾਂ ਬਰਸ ਬਾਲਪਨ ਬੀਤੇ, ਬੀਸ ਬਰਸ ਕੁਛ ਤਪ ਨਾ ਕੀਓ, ਤੀਸ ਬਰਸ ਕੁਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਤ ਪਿਓ। ਹੁਣ ਹੋਇਆ ਕਿ ਵਡੇਪਾ ਆ ਗਿਆ, ਉਹ ਨੈਨੋ ਨੀਰ ਬਹਿ ਤਨ ਖੀਨਾ ਤੇ ਕੇਸ ਦੁੱਧ, ਉਹ ਰੂਪ ਦਾ ਕੰਠ ਸ਼ਬਦ ਨਹੀਂ ਉਚਰੇ, ਅਬ ਕਿਆ ਕਰੇ ਪ੍ਰਾਣੀ। ਜਰ ਆਈ ਜੋਵਨ ਗਿਆ, ਕਿਸ ਕੀਆ ਨਾਨੀਕਾ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਇੱਕ ਸਮਕਾਲੀ ਮਹਾਂਪੁਰਸ਼ ਹੋਏ ਹਨ, ਜਿਨ੍ਹਾਂ ਦਾ ਨਾਂ ਸੀ ਜੱਲਣ ਜੀ। ਉਹ ਵਚਨ ਮਾਰਫਤ ਦੇ ਬੜੇ ਸਿੱਧੇ ਸਪਸ਼ਟ ਕਿਹਾ ਕਰਦੇ। ਕੀ ਕਿਹਾ ਕਰਦੇ? ਨਿੱਕੇ ਹੁੰਦੇ ਟੱਗੇ ਸਾਰੇ, ਵੱਡੇ ਹੋਏ ਹਲ ਵਾਹਿਆ, ਉਹ ਬੁੱਢੇ ਹੋ ਕੇ ਮਾਲਾ ਫੜ ਲਈ, ਇਸ ਰੱਬ ਦਾ ਅਲੰਬ ਲਾਹਿਆ। ਕਹਿੰਦੇ ਫੇਰ ਨਹੀਂ ਹੋਣਾ ਭਜਨ, ਤਾਂ ਜੋ ਕਿਸ਼ ਕਰੋ ਸੋਈ ਅਵਸਾਰ, ਹੁਣੇ ਸ਼ੁਰੂ ਕਰੋ। ਵਡੇਪੇ ਚ ਕੀ ਹੁੰਦਾ ਏ, ਨੌਵੇਂ ਧੌਲੇ ਉੱਪੇ ਸਾਹ ਦੱਸ ਦਿੱਤਾ,
ਉਗੇ ਸੰਗੀਤ ਪੁਕਾਰੀ ਤਾਹਾਂ ਉਡਿਆ ਹੰਸ ਦਸਾਏ ਆਇਆ ਗਿਆ ਮੋਇਆ ਨਾ ਪਤਲ ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਡੂਬਾ ਸੰਸਾਰ ਐਸੀ ਹਾਲਾਤ ਇਹ ਸੰਸਾਰ ਦੀ ਹੈ ਕਿ ਸੰਸਾਰ ਨਾਮ ਤੋਂ ਬਗੈਰ ਗੁਰ ਤੋਂ ਬਗੈਰ ਇਹ ਸੰਸਾਰ ਦੀ ਹਾਲਾਤ ਹੈ ਕਿ ਇਹ ਡੁੱਬ ਰਿਹਾ ਹੈ। ਮਹਾਂਪੁਰਸ਼ ਆਉਂਦੇ ਨੇ, ਸ਼੍ਰੀਮਾਨ ਸੰਤ ਬਾਬਾ ਹਜੂਰਾ ਸਿੰਘ ਜੀ ਮਹਾਰਾਜ ਇੱਥੇ ਆਏ, ਆ ਕੇ ਕੀ ਕੀਤਾ, ਉਹ ਜੋ ਪਿਤਾ ਪੁਰਖੀ ਸੇਵਾ ਮਿਲੀ, ਇਸ ਪਰਿਵਾਰ ਦੇ ਉੱਤੇ ਬਖਸ਼ਿਸ਼ ਹੋਈ, ਬੇਦੀ ਸਾਹਿਬ ਜੀ ਦੀ ਕਿੱਡੀ ਰਹਿਮਤ ਹੋਈ ਕਿ ਇਹ ਸੇਵਾ ਪਰਿਵਾਰ ਦੇ ਵਿੱਚ ਚੱਲੀ ਆ ਰਹੀ ਹੈ ਅਤੇ ਉਹਨਾਂ ਨੇ ਇਹ ਸੇਵਾ ਕੀਤੀ। ਇਹੀ ਮਾਨਕ ਤਨ ਦਾ ਪ੍ਰਯੋਜਨ ਪੂਰਾ ਹੁੰਦਾ ਹੈ। ਇੱਥੇ ਵਸਨੀ ਉਹਨਾਂ ਨੇ ਐਸੇ ਸਤਿਪੁਰਸ਼ਾਂ ਦੀ ਸੰਗਤ, ਮਹਾਨ ਰਾਜਾ ਜੋਗੀ ਜਿਹੜੇ ਕਿ ਅੱਜ ਵੀ ਇਸ ਸਮੇਂ ਦੇ ਵਿੱਚ ਸ਼੍ਰੀਮਾਨ ਸੰਤ ਬਾਬਾ ਸਰਬਜੋਤ ਸਿੰਘ ਜੀ ਮਹਾਰਾਜ, ਬੇਦੀ ਕੁਲਭੂਸ਼ਣ ਮਹਾਰਾਜ ਜੀ 17ਵੀਂ ਜਗ੍ਹਾ 'ਤੇ ਗੁਰੂ ਨਾਨਕ ਪਾਤਸ਼ਾਹ ਤੋਂ ਇੱਥੇ ਇਸ ਧਰਤੀ ਨੂੰ ਭਾਗ ਲਾ ਰਹੇ ਹਨ। ਪਰਿਵਾਰ ਦਾ, ਬਾਬਾ ਹਰਪਾਲ ਸਿੰਘ ਜੀ ਦਾ ਬੜਾ ਪਿਆਰ ਹੈ। ਉਹ ਮਹਾਂਪੁਰਸ਼ ਹੁੰਦੇ ਹੀ ਪਿਆਰ ਦੀ ਮੂਰਤ ਨੇ, ਫਿਰ ਐਸੇ ਸਤਿਪੁਰਸ਼ ਰਾਜਾ ਜੋਗੀ ਐਸਿਆਂ ਦੀ ਬਖਸ਼ਿਸ਼ ਹੋ ਜਾਵੇ, ਉਹ ਤਾਂ ਦ੍ਰਿਸ਼ਟੀ ਹੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਕਿਉਂਕਿ ਨਾਮ ਨਾਲ ਜੁੜੇ ਨੇ। ਨਾਮ ਤਾਂ ਭਾਵੇਂ ਸਾਰਿਆਂ ਦੇ ਅੰਦਰ ਹੈ, ਕੋਈ ਵੀ ਐਸਾ ਨਹੀਂ ਭੀਖਾ ਭੁੱਖਾ ਕੋ ਨਹੀਂ, ਸਭ ਕੀ ਗਠੜੀ ਲਾਲ, ਗਠੜੀ ਖੋਲ ਨਾ ਜਾਣਿਆ ਤਾਂ ਤੇ ਭੇ ਕੰਗਾਲ। ਇਹਦੀ ਸਾਨੂੰ ਸੂਝ ਨਹੀਂ ਆਉਂਦੀ, ਬੂਝ ਨਹੀਂ ਆਉਂਦੀ, ਪਤਾ ਨਹੀਂ ਲੱਗਦਾ। ਇਸੇ ਕਰਕੇ ਪਾਤਸ਼ਾਹ ਜੀ ਕੀ ਕਹਿੰਦੇ ਨੇ ਕਿ ਤੂੰ ਐਸੇ ਸਤਿਪੁਰਸ਼ਾਂ ਦੀ ਮੰਜ਼ਲੇ ਤਲਾਸ਼, ਉਹ ਖੋਜ ਕਰ। ਇਸ ਮੰਜ਼ਲ ਦੀ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ। ਉਹ ਕੋਈ ਟੁੰਡ ਲੋ ਸਜਣ ਸੰਤ ਪੱਕਿਆ, ਨਾ ਸੰਗ ਛੱਡ ਕੇ ਕੋਈ ਸਜਣ ਸੰਤ ਪੱਕਿਆ, ਕੱਚਿਆਂ ਦਾ ਸਤਿ ਸ਼੍ਰੀ ਅਕਾਲ।
ਦੁਖ ਪੱਕਿਆਂ ਕੱਚਿਆਂ ਦਾ ਸੰਗ ਛੱਡ ਕੇ ਸੱਜਣ ਸੰਤ ਪੱਕਿਆਂ ਕੱਚਿਆਂ ਦਾ ਛੱਡ ਕੇ ਨਾਨਕ ਕੱਚੜੇ ਅੰਤ ਤੋੜ ਤੋਂ ਸਜਣ ਸੰਤ ਚ ਬੰਦੇ ਪਿਛੜੇ ਉਹ ਐਸੇ ਮਹਾਂਪੁਰਸ਼ ਜਿਹੜੇ ਸੱਚੇ ਹਨ ਉਹ ਸਾਥ ਨਿਭਾਉਂਦੇ ਨੇ। ਕੱਚੇ ਕੌਣ ਨੇ? ਕੱਚੇ ਨੇ ਇਹ ਦੁਨੀਆਦਾਰ, ਇਹ ਤਾਂ ਸਾਥ ਛੱਡ ਜਾਂਦੇ ਨੇ, ਇਹ ਤਾਂ ਸੁੱਖਾਂ ਦੇ ਸੰਗੀ ਨੇ। ਉਹ ਸੁੱਖ ਮੇ ਅਨ ਬਹੁਤ ਮਿਲ ਬੈਠਤ ਰਹਿ ਚਾਹੁੰਦੇ ਸੁਖ, ਇਹ ਬਿਪਤ ਪਰੀ ਸਭ ਹੀ ਸੰਗ ਛੱਡਤ ਕੋ ਨਯਾਵਤ। ਉਹ ਕਰ ਕੀ ਨਾਰ ਬਹੁਤ ਹਿਤ ਜਾਥ ਸਦਾ ਰਹਿਤ ਸੰਗ, ਇਹ ਜਬ ਹੀ ਹੰਸਤ ਜੀ ਏ ਕਾਇਆ ਆ ਹੈ ਕੱਚਿਆਂ ਦੀ। ਉਹ ਕੱਚੇ ਇਹ ਦੁਨੀਆਦਾਰ ਇਹ ਰਿਸ਼ਤੇ ਸਾਥ ਛੱਡ ਦਿੰਦੇ ਨੇ। ਸਾਥ ਕੌਣ ਨਿਭਾਉਂਦੇ ਨੇ? ਐਸੇ ਮਹਾਂਪੁਰਸ਼ ਉਹ ਸੱਜਣ ਸਹੀ ਨਾਲ ਮੈਂ ਹਲਦਿਆਂ ਨਾਲ ਉਹ ਜਿੱਥੇ ਲਿਖਾ ਮੰਗੀ ਤਿੱਥੇ ਖੜੇ ਦਸੰਨ। ਐਸਾ ਹੈ ਧਨ ਹਨ ਉਹ ਸਤਸੰਗੀ ਜਨ ਜਿਹੜੇ ਐਸੇ ਮਹਾਂਪੁਰਸ਼ਾਂ ਨਾਲ ਜੁੜ ਕੇ ਸਤਸੰਗ ਕਰਦੇ ਹਨ, ਨਾਮ ਨਾਲ ਜੁੜਦੇ ਹਨ। ਇੱਥੇ ਕਿਰਪਾ ਹੋਈ ਹੈ, ਇਸ ਧਰਤੀ ਨੂੰ ਭਾਗ ਲੱਗੇ ਨੇ। ਧੰਨ ਧੰਨ ਬਾਬਾ ਸਾਹਿਬ ਸਿੰਘ ਜੀ ਬੇਦੀ ਉਨਾ ਸਾਹਿਬ। ਇਹ ਧਰਤੀ ਸਾਰੀ ਹੀ ਭਾਗਾਂ ਵਾਲੀ ਹੈ ਜੋ ਇਸੇ ਮਹਾਂਪੁਰਸ਼ਾਂ ਤੋਂ ਵਰਸਾਈ ਹੈ, ਅਤੇ ਇਸ ਧਰਤੀ ਦੇ ਉੱਤੇ ਜਿਹੜੀ ਇਹ ਸੇਵਾ ਇਸ ਪਰਿਵਾਰ ਨੂੰ ਬਖਸ਼ਿਸ਼ ਹੋਈ ਅੱਜ ਮੌਜੂਦਾ ਸਮੇਂ ਦੇ ਵਿੱਚ, ਇਹ ਬਾਬਾ ਹਰਪਾਲ ਸਿੰਘ ਜੀ ਸੇਵਾ ਦੀ ਉਹ ਜਿਹੜੀ ਪਰੰਪਰਾ, ਉਹ ਪ੍ਰਪਾਟੀ ਆਪਣੇ ਬਜ਼ੁਰਗਾਂ ਤੋਂ ਸੀਨੇ ਬਸੀਨੇ ਜਿਹੜੀ ਮਿਲਦੀ ਆ ਰਹੀ ਹੈ, ਉਹ ਬਖਸ਼ਿਸ਼ ਪ੍ਰਾਪਤ ਕਰਕੇ ਆ ਬਖਸ਼ਿਸ਼ਾਂ ਅੱਗੇ ਵਰਤਾ ਰਹੇ ਨੇ ਅੱਜ। ਦੇਖੋ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਅਸਲੀ ਸਪੁੱਤਰ ਐਸੇ ਹੁੰਦੇ ਨੇ ਜਿਹੜੇ ਆਪਣੇ ਪੂਰਵਜ ਮਹਾਂਪੁਰਸ਼ਾਂ ਦੇ ਉਹ ਪਾਏ ਪੂਰਨਿਆਂ ਦੇ ਉੱਤੇ ਚੱਲਦੇ ਹੋਏ ਜਿੱਥੇ ਆਪ ਨਾਮ ਨਾਲ ਜੁੜਦੇ ਹਨ, ਹੋਰਨਾਂ ਨੂੰ ਨਾਮ ਨਾਲ ਜੋੜਦੇ ਨੇ।
ਸੋ ਇੱਥੇ ਇਸ ਪਵਿੱਤਰ ਪਾਵਨ ਸਥਾਨ 'ਤੇ ਇਹ ਬਖਸ਼ਿਸ਼ ਹੋ ਰਹੀ ਹੈ। ਅੱਜ ਬਾਬਾ ਹਜੂਰਾ ਸਿੰਘ ਜੀ ਮਹਾਰਾਜ ਉਹਨਾਂ ਦੀ ਇਹ ਬਰਸੀ ਮਨਾਈ ਜਾ ਰਹੀ ਅੰਮ੍ਰਿਤ ਵੇਲੇ ਤੋਂ ਹੀ। ਧੁਰ ਦਰਗਾਹੀ ਇਲਾਹੀ ਬਖਸ਼ੀ ਬਾਣੀ ਦੇ ਨਾਲ ਜੁੜੇ ਹੋ, ਕੀਰਤਨ ਹੋ ਰਿਹਾ ਹੈ, ਅਸੀਂ ਵੀ ਆ ਕੇ ਸਮੇਂ 'ਚ ਸਮਾਂ ਕੱਢ ਕੇ ਆਪ ਸੰਗਤਾਂ ਦੇ ਦੀਦਾਰ ਕੀਤੇ, ਸਤਿਪੁਰਸ਼ਾਂ ਦਾ ਦੀਦਾਰ ਹੋਇਆ, ਸਤਿਗੁਰਾਂ ਦੀ ਚਰਨ ਸ਼ਰਨ ਦੇ ਵਿੱਚ ਬੈਠ ਕੇ ਉਸ ਮਹਾਨ ਪਵਿੱਤਰ ਆਤਮਾ ਨੂੰ ਇਹ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ। ਸੋ ਇੰਨੀਆਂ ਬੇਨਤੀਆਂ ਨੂੰ ਕਰੋ ਪ੍ਰਵਾਨ। ਆਉਣ ਵਾਲਾ ਜਿਹੜਾ ਸਮਾਂ ਹੈ ਤੁਹਾਨੂੰ ਪ੍ਰਬੰਧਕ ਜਨ ਦੱਸਣਗੇ। ਸੋ ਸਾਧ ਸੰਗਤ ਜੀ, ਇੰਨੀਆਂ ਕੁ ਬੇਨਤੀਆਂ ਨੂੰ ਪ੍ਰਵਾਨ ਕਰੋ। ਬੇਨਤੀਆਂ ਕਰਦਿਆਂ ਹੋਇਆਂ ਗੁਰਸੰਗਤ ਕੋਲੋਂ ਮੁਆਫ਼ੀ ਚਾਹੁੰਦੇ ਹਾਂ, ਕਿਉਂਕਿ ਕਈ ਗਲਤੀਆਂ ਹੋ ਜਾਂਦੀਆਂ ਨੇ, ਆਪ ਸੰਗਤਾਂ ਨੇ ਮੁਆਫ਼ ਕਰਨੀਆਂ। ਸੋ ਇੰਨੀਆਂ ਕੁ ਬੇਨਤੀਆਂ ਕਰੋ ਜੀ, ਪ੍ਰਵਾਨ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।